ਪਨਧਾਨਾ ਨਾ ਦੂਜਾ ਵੇਖਾਲ ਇਹ ਪਾਈ ਮੂੰਹ ਦਤੜੀ ਨਿਤ ਹਿਰਦੈ ਰਖਾਂ ਸੰਭਾਲ ਕਬੀਰ ਜਿਹ ਤਰ ਆਵਤ ਜਾਤੇ ਹੋ ਹਟਕੈ ਨਾਹੀਂ ਕੋਏ ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ ਪਰਮ ਸਨਮਾਨ ਯੁਗ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਇਮਾਨ ਸਤਸੰਗੀ ਪਿਆਰ ਵਾਲੇ ਵਡਭਾਗੇ ਹੋ ਗੁਰੂ ਕੀ ਗੋਦ 'ਚ ਬੈਠ ਕੇ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਆਪ ਨੇ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਜੋ ਆਪਾਂ ਪਿਛਲੇ ਦਿਨਾਂ ਤੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰ ਜੋ ਜੀਵਨ ਦੀ ਕਰਦੇ ਆ ਰਹੇ ਸੀ, ਕੁਝ ਦਿਨਾਂ ਦੇ ਵਿੱਚ ਗਾਇਬ ਹੋਣ ਤੋਂ ਬਾਅਦ ਉਸੇ ਹੀ ਲੜੀ ਨੂੰ ਗੁਰੂ ਨਾਨਕ ਦਾ ਜਿਹੜਾ ਜੀਵਨ ਆਪਾਂ ਵਿਚਾਰ ਰਹੇ ਸੀ ਸੰਪੂਰਨ ਕਰੀਏ। ਪਿਛਲੇ ਦੀਵਾਨਾਂ ਵਿੱਚ ਆਪਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜਿਹੜਾ ਇਤਿਹਾਸ ਵਿਚਾਰਿਆ ਸੀ ਉਹ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਸ਼੍ਰੀ ਲੰਕਾ ਅਤੇ ਰਾਮੇਸ਼ਵਰ ਦਾ ਸੀ। ਇਸ ਤੋਂ ਅਗਲਾ ਕੋਚੀਨ ਦਾ ਹੈ, ਕੇਰਲ ਦਾ ਇਤਿਹਾਸ। ਆਓ ਉਸ ਹੀ ਲੜੀ ਨੂੰ ਅੱਗੇ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਈਏ। ਦੇਹੋ ਅਸੀਸ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖੀ ਨਾਲ ਸੰਬੰਧਿਤ ਬਹੁਤ ਸਾਰੇ ਧਰਮ ਅਸਥਾਨ ਐਸੇ ਨੇ ਜਿਨ੍ਹਾਂ ਦੀ ਹੋਂਦ ਅਤੇ ਜਿਨ੍ਹਾਂ ਦਾ ਉੱਥੋਂ ਦਾ ਕੀਤਾ ਹੋਇਆ ਪਰ ਉਪਕਾਰ ਗੁਰੂ ਸਾਹਿਬਾਨਾਂ ਨਾਲ ਜੁੜਿਆ ਹੋਇਆ, ਪਰ ਕਿਤੇ ਨਾ ਕਿਤੇ ਉਸ ਇਤਿਹਾਸ ਨੂੰ ਬਦਲਿਆ, ਇੰਨਾ ਬਦਲ ਦਿੱਤਾ ਗਿਆ ਕਿ ਅੱਜ ਸਿੱਖ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਹੋਵੇਗਾ। ਅੱਜ ਜੇ ਕੇਰਲ ਦੀ ਵਿਦਿਆ ਇੰਨੀ ਮਸ਼ਹੂਰ ਹੈ ਤਾਂ ਉਹ ਧੰਨ ਗੁਰੂ ਨਾਨਕ ਸਾਹਿਬ ਕਰਕੇ ਹੈ। ਸ਼ਾਇਦ ਹੀ ਕਿਸੇ ਸਿੱਖ ਨੂੰ ਇਸ ਬਾਰੇ ਪਤਾ ਹੋਵੇ। ਕੇਰਲ ਦਾ ਪਹਿਲਾ ਨਾਮ ਕੋਚੀਨ ਹੈ ਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਉਸ ਸਮੇਂ ਜਦੋਂ ਗੁਰੂ ਨਾਨਕ ਸਾਹਿਬ ਸ਼੍ਰੀ ਲੰਕਾ ਤੋਂ ਹੋ ਕੇ ਰਾਮੇਸ਼ਵਰ ਪਹੁੰਚੇ, ਰਾਮੇਸ਼ਵਰ ਤਿਲ ਵੰਡਿਆ ਗੁਰੂ ਨਾਨਕ ਸਾਹਿਬ ਨੇ। ਉਸ ਤੋਂ ਅੱਗੇ ਤਾਮਿਲਨਾਡੂ ਦੇ ਰਸਤੇ ਚੋਂ ਹੁੰਦੇ ਹੋਏ ਗੁਰੂ ਨਾਨਕ ਸਾਹਿਬ ਜੀ ਕੋਚੀਨ ਪਹੁੰਚੇ ਸਨ। ਜਦੋਂ ਇੱਥੇ ਪਹੁੰਚੇ ਬਾਹਰ ਵਾਰ ਇਸ ਨਗਰ ਦੇ ਇਸ ਉਜੜੀ ਜੀ ਨਗਰੀ ਵਿੱਚ ਲੋਕਾਂ ਦੀ ਹਾਲਤ ਦੇਖੀ ਗੁਰੂ ਨਾਨਕ ਸਾਹਿਬ ਨੇ। ਬੜੇ ਗਰੀਬ ਜਿਹੇ ਲੋਕ ਸਨ, ਜਿਹੜੇ ਲੋਕ ਦੱਬੇ ਕੁਚਲੇ ਜਾਂ ਇੰਝ ਕਹਿ ਲਈਏ ਵੀ ਸਰਕਾਰ ਦੇ ਅਧੀਨ ਇੰਨੇ ਜ਼ਿਆਦਾ ਦਫਨ ਹੋ ਚੁੱਕੇ ਸਨ ਕਿ ਉੱਠਣਾ ਔਖਾ ਹੋ ਚੁੱਕਾ ਸੀ। ਰੁਲਦੇ ਹੋਏ ਦੁਖੀ ਹੋਏ ਲੋਕ ਬਾਬੇ ਨੇ ਉੱਥੇ ਵੇਖੇ। ਬਾਬਾ ਨਗਰ ਦੇ ਬਾਹਰ ਬਾਰ ਜਾ ਕੇ ਬੈਠ ਜਾਂਦਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਸਤਿਕਾਰਯੋਗ ਭਾਈ ਮਰਦਾਨਾ ਜੀ।
ਕੁਛ ਲੋਕ ਉੱਥੇ ਆਉਂਦੇ ਨੇ, ਪੁੱਛਦੇ ਨੇ ਫਕੀਰ ਜੀ ਕਿੱਧਰੋਂ ਆਇਓ ਤੇ ਕਿੱਧਰ ਜਾਣਾ। ਬਾਬਾ ਦੱਸਦਾ ਵੀ ਇੱਧਰੋਂ ਆਇਆ ਤੇ ਇੱਥੇ ਰਹਿਣਾ। ਉਹ ਜੇ ਜਾਣ ਦੀ ਗਾਂ ਨਹੀਂ ਦੱਸਦੇ ਵੀ ਕਿੱਥੇ ਜਾਣਾ, ਕਿਉਂਕਿ ਬਾਬਾ ਹੁਣ ਤੱਕ ਇਹੀ ਗੱਲ ਭਾਈ ਮਰਦਾਨਾ ਜੀ ਨੂੰ ਕਹਿੰਦੇ ਸੀ, ਜਿੱਥੇ ਕਰਤਾਰ ਲਿਜਾਵੇ ਉੱਥੇ ਜਾਵਾਂਗੇ। ਤੇ ਬਾਬਾ ਕਹਿੰਦਾ ਜੀ ਅਜੇ ਤੇ ਇੱਥੇ ਬੈਠੇ ਆ, ਇੱਥੇ ਹੀ ਰਹਿਣਾ ਅਜੇ ਤਾਂ। ਹੌਲੀ ਹੌਲੀ ਉਸ ਲੋਕਾਂ ਦੇ ਨਾਲ ਮੇਲ ਵਰਤਨ ਗੁਰੂ ਨਾਨਕ ਸਾਹਿਬ ਨੇ ਕਰਨਾ ਸ਼ੁਰੂ ਕੀਤਾ। ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ, ਇੱਕ ਹੋਇਆ, ਦੋ ਹੋਇਆ, ਹੌਲੀ ਹੌਲੀ ਕੋਚੀਨ ਦੇ ਲੋਕ ਗੁਰੂ ਨਾਨਕ ਸਾਹਿਬ ਕੋਲ ਜਾਣੇ ਸ਼ੁਰੂ ਹੋ ਗਏ। ਗੁਰੂ ਨਾਨਕ ਸਾਹਿਬ ਨੇ ਉਹਨਾਂ ਲੋਕਾਂ ਨੂੰ ਨਾ ਇੱਕ ਇੱਕ ਟਕਾ, ਅੱਧਾ ਅੱਧਾ ਜਿਹੜਾ ਨਿੱਕਾ ਨਿੱਕਾ ਪੈਸਾ ਵੀ ਹੁੰਦਾ, ਉਹ ਇਕੱਠਾ ਕਰਨ ਵਾਸਤੇ ਕਿਹਾ। ਉਹ ਜਿੰਨੀ ਕੁ ਕਮਾਈ ਮਿਹਨਤ ਕਰਦੇ ਸੀ ਉਹਨਾਂ ਨੇ ਕੀਤਾ ਉਦਾਂ ਹੀ। ਤੇ ਬਾਬਾ ਉਹਨਾਂ ਸਾਰੇ ਲੋਕਾਂ ਨੂੰ ਇਹ ਗੱਲ ਕਹਿੰਦਾ ਵੀ ਤੁਸੀਂ ਇੱਕ ਦੂਜੇ ਦੀ ਮਦਦ ਕਰਕੇ ਆਪਣੇ ਘਰ ਬਣਾਉਣੇ, ਤੁਸੀਂ ਸਾਰਿਆਂ ਨੇ ਇਕੱਠਿਆ ਹੋ ਇੱਕ ਦੂਸਰੇ ਦਾ ਸਾਥ ਦੇਣਾ ਹੈ। ਕਿਸੇ ਵਸ ਕਿਸੇ ਦੇ ਘਰ ਕੋਈ ਮੁਸ਼ਕਲ ਮੁਸੀਬਤ ਆਵੇ, ਕਿਸੇ ਦੇ ਘਰ ਅੰਨ ਧਨ ਨਾ ਹੋਵੇ, ਤੁਸੀਂ ਆਪਣੇ ਘਰੋਂ ਥੋੜ੍ਹਾ ਥੋੜ੍ਹਾ ਕਰਕੇ ਵੀ ਉਹਨੂੰ ਦੇ ਦਿਆ ਕਰੋ, ਉਹਦਾ ਡੰਗ ਸਰ ਜਾਏ ਤਾਂ ਗੁਜ਼ਾਰਾ ਹੋ ਜਾਏ। ਜੇ ਕਿਤੇ ਕੋਈ ਬਿਮਾਰ ਹੁੰਦਾ ਤੁਸੀਂ ਉਹਦਾ ਵੀ ਸਾਥ ਦਿਓ। ਲੋਕਾਂ ਵਿੱਚ ਇੰਨੀ ਕੁ ਜਾਗਰੂਕਤੀ, ਇੰਨਾ ਕੁ ਪਿਆਰ ਬਣਿਆ, ਗੁਰੂ ਨਾਨਕ ਸਾਹਿਬ ਕੋਲ ਬਹੁਤ ਸਾਰਾ ਲੋਕ ਨਗਰ ਹੀ ਸਾਰਾ ਇਕੱਠਾ ਹੋਣਾ ਸ਼ੁਰੂ ਹੋ ਗਿਆ। ਅਖੀਰ ਉਸ ਨਗਰ ਦਾ ਜਿਹੜਾ ਰਾਜਾ ਸੀ, ਕੇਸਵ ਦਾਤੋ ਦਾ ਨਾਂ ਸੀ, ਉਹਦੀ ਗੱਲ ਵੀ ਜਿਹਨ 'ਚ ਗਈ ਹੈ, ਉਹਨੂੰ ਵੀ ਸੁਨੇਹਾ ਮਿਲਿਆ ਕਿ ਕੋਈ ਫਕੀਰ ਬਾਹਰ ਬੈਠਾ ਜਿਹਨੇ ਸਾਰੇ ਲੋਕ ਆਪਣੇ ਮਗਰ ਲਾ ਲਏ। ਤੇ ਫਕੀਰ ਨੂੰ ਸੁਣਿਆ ਗੁਰੂ ਨਾਨਕ ਪਾਤਸ਼ਾਹ ਬਾਰੇ ਰਾਜੇ ਨੇ, ਕਹਿੰਦਾ ਮੈਂ ਵੀ ਸੁਣਾ ਦੇਖਾਂ ਤੁਸੀਂ ਕੌਣ ਹੈ। ਕੇਸਵ ਦੱਤ ਬੜੀ ਸ਼ਾਹੀ ਸਵਾਰੀ ਨਾਲ ਜਾਂਦਾ, ਸਤਿਗੁਰ ਸਾਹਿਬ ਉਹਦੇ ਵੱਲ ਬਹੁਤਾ ਧਿਆਨ ਹੀ ਨਹੀਂ ਦਿੰਦੇ, ਬਾਕੀ ਲੋਕ ਉਸ ਤੋਂ ਡਰ ਕੇ ਰਾਹ ਛੱਡ ਦਿੰਦੇ ਨੇ, ਗੁਰੂ ਨਾਨਕ ਪਾਤਸ਼ਾਹ ਉਹਦੇ ਸਤਿਕਾਰ 'ਚ ਨਾ ਉੱਠਦੇ ਨਾ ਉਹਦੇ ਵੱਲ ਧਿਆਨ ਹੀ ਦਿੰਦੇ। ਕੇਸਵ ਦੱਤ ਇਸ ਗੱਲੋਂ ਮੱਚ ਗਿਆ ਕਿ ਆ ਸਾਰੇ ਲੋਕਾਂ ਨੇ ਮੈਨੂੰ ਵੇਖ ਕੇ ਰਾਹ ਛੱਡ ਦਿੱਤਾ ਹੈ, ਥਾਵਾਂ ਛੱਡ ਦਿੱਤੀਆਂ ਨੇ, ਤੇ ਇਹਨੇ ਆਹ ਫਕੀਰ ਕਿਉਂ ਨਹੀਂ ਉੱਠਿਆ, ਇਹਨੂੰ ਨਹੀਂ ਪਤਾ ਵੀ ਰਾਜਾ ਹਮ ਇੱਥੋਂ ਦਾ। ਗੁਰੂ ਨਾਨਕ ਸਾਹਿਬ ਆਸਾ ਕੀ ਵਾਰ 'ਚ ਇੱਕ ਬੜਾ ਪਿਆਰਾ ਬਚਨ ਗੱਲ ਕੇ ਕਹਿੰਦੇ ਨੇ ਵੀ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਨ ਨੇਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੂਵੈ ਚੁੱਪ ਪੀ ਕਰ ਜਾਹੇ ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ। ਪਰਮਾਤਮਾ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਸੀ ਕਰਦੇ। ਹੁਣ ਉੱਥੇ ਜਦੋਂ ਲੋਕ ਜਦੋਂ ਗੁਰੂ ਨਾਨਕ ਸਾਹਿਬ ਪੁੱਛਦੇ ਕਹਿਣ ਲੱਗੇ ਇਹੋ ਹੀ ਪਾਤਸ਼ਾਹ ਨੇ ਕਹਿੰਦੇ ਇਹੋ ਹੀ ਤੇ ਤੁਹਾਡੀ ਕਮਜ਼ੋਰੀ ਹੈ ਨਾ, ਤੁਸੀਂ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਦਾ ਡਰ ਇੰਨਾ ਕਬੂਲ ਕਰ ਚੁੱਕੇ ਹੋ ਕਿ ਤੁਸੀਂ ਆਪ ਇਹਨਾਂ ਨੂੰ ਵੇਖ ਕੇ ਰਾਹ ਛੱਡ ਦਿੰਦੇ, ਤੁਸੀਂ ਆਪ ਇੰਨੇ ਕਾਬਲ ਹੋਵੋ ਵੀ ਇਹ ਤੁਹਾਡੇ ਕੋਲ ਚੱਲ ਕੇ ਆ ਕਰਨ, ਤੁਸੀਂ ਆਪ ਇੰਨੇ ਕਾਬਲ ਹੋਵੋ, ਆਪ ਇੰਨੀ ਮਿਹਨਤ ਕਰੋ ਵੀ ਇਹ ਤੁਹਾਡੇ ਕੋਲ ਆਪ ਆਣ ਕੇ ਕਹਿਣ ਸਾਡਾ ਸਾਥ ਦਿਓ, ਪਰ ਤੁਹਾਨੂੰ ਇੰਨਾ ਕੁ ਮੁਥਾਜ ਕਰ ਦਿੱਤਾ ਗਿਆ ਵੀ ਤੁਹਾਨੂੰ ਇਹਨਾਂ ਅੱਗੇ ਹੱਥ ਅੱਡਣੇ ਪੈਂਦੇ ਨੇ, ਤੁਸੀਂ ਤਾਂ ਰਾਹ ਛੱਡਦੇ ਹੋ ਉਹਨਾਂ ਦਾ। ਗੁਰੂ ਨਾਨਕ ਸਾਹਿਬ ਦੀ ਵਿਚਾਰ ਸੁਣੀ ਰਾਜਾ ਕਿਸ ਤੇ ਹੈਰਾਨ ਹੋ ਗਿਆ, ਐਡਾ ਬੇਬਾਕ ਫਕੀਰ ਜਿਹੜਾ ਰਾਜੇ ਦੇ ਸਾਹਮਣੇ ਖਲੋ ਕੇ ਉਹਦੀ ਪ੍ਰਜਾ ਨੂੰ ਰਾਜੇ ਦੇ ਖਿਲਾਫ ਆਹ ਗੱਲ ਕਹਿ ਰਿਹਾ ਹੋਵੇ।
ਅਖੀਰ ਕੇਸ਼ਵ ਦੱਤ ਨੂੰ ਗੁੱਸਾ ਤੇ ਆਇਆ, ਪਰ ਉਹ ਕਰਦਾ ਵੀ ਕੀ? ਚਾਹੇ ਉਹ ਜੇ ਉਹ ਮੰਨ ਲਓ ਉਹ ਇਹ ਵੀ ਡਰਦਾ ਸੀ, ਮੈਂ ਇੱਕ ਬੇਨਤੀ ਕਰਦਾ, ਰਾਜਨੀਤਿਕ ਬੰਦਾ ਕਿੱਡਾ ਵੀ ਰਾਜਨੀਤਿਕ ਵਿੱਚ ਹਾਵੀ ਹੋਵੇ, ਪਰ ਉਹ ਧਰਮੀ ਬੰਦੇ ਉਹ ਡਰਦਾ ਜ਼ਰੂਰ ਹੈ। ਫਕੀਰ ਸੁਭਾਅ ਵਾਲੇ ਉਹ ਡਰਦਾ ਜ਼ਰੂਰ ਹੈ। ਕੇਸ਼ਵ ਦੱਤ ਨੂੰ ਕਿਤੇ ਇਹ ਸੀ ਵੀ ਐਡਾ ਬੇਬਾਕ ਫਕੀਰ ਜਿਹਨੇ ਏਡੇ ਲੋਕ ਮਗਰ ਰਲ ਕੇ ਸ਼ਰਾਬੀ ਨੂੰ ਕੋਈ ਦੇ ਦੇ, ਵੀ ਡਰ ਪੈ ਗਿਆ ਉਹਨੂੰ ਵੀ ਆਪਣਾ ਸੀ, ਕੁਛ ਕਹਿ ਹੀ ਨਾ ਦੇਵਣ। ਭਾਵੇਂ ਗੁਰੂ ਨਾਨਕ ਪਾਤਸ਼ਾਹ ਸ਼ਰਾਬ ਦੇ ਹੱਕ ਵਿੱਚ ਨਹੀਂ ਸਨ, ਪਰ ਡਰ ਕੁਛ ਬੋਲਿਆ ਤੇ ਨਹੀਂ। ਅਖੀਰ ਰੋਜ਼ ਲੋਕ ਉੱਥੇ ਆਉਣੇ ਸ਼ੁਰੂ ਕੀਤੇ। ਅਖੀਰ ਹੁਣ ਮਨ 'ਚ ਖਿਆਲ ਆਇਆ ਵੀ ਜਿੱਦਾਂ ਬਾਕੀ ਲੋਕ ਜਾਂਦੇ ਮੈਨੂੰ ਵੀ ਉੱਦਾਂ ਜਾਣਾ ਪੈਣਾ। ਗੁਰੂ ਨਾਨਕ ਸਾਹਿਬ ਕੋਲ ਆਉਂਦਾ ਜਿੱਦਾਂ ਬਾਕੀ ਲੋਕ ਆਏ। ਹੁਣ ਕੇਸ਼ਵ ਦੱਤ ਦਾ ਆਉਣਾ ਕੁਛ ਹੋਰ ਸੀ, ਇੱਕ ਅੱਜ ਹੋਰ, ਕੱਲ੍ਹ ਹੋਰ, ਪਰਸੋਂ ਹੋਰ, ਮਨ ਬਦਲਦਾ ਬਦਲਦਾ ਇੰਨਾ ਢਲ ਗਿਆ। ਅਖੀਰ ਹੁਣ ਇਹ ਆਪ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਗੁਰੂ ਸਾਹਿਬ ਜੀ ਮੇਰੇ ਘਰ ਚੱਲੋ। ਤੇ ਸਤਿਗੁਰੂ ਪਾਤਸ਼ਾਹ ਕਹਿੰਦਾ, ਤੇਰੇ ਮਹਿਲ ਦਾ ਦਰਵਾਜ਼ਾ ਬੜਾ ਛੋਟਾ। ਉਹ ਕਹਿੰਦਾ, ਮਹਾਰਾਜ ਮੈਂ ਘਰੋਂ ਹਾਥੀ ਸਮੇਤ ਬਾਹਰ ਨਿਕਲ ਜਾਂਦਾ ਆਪਣੇ ਮਹਿਲ ਵਿੱਚ, ਅੱਖ ਤੇ ਦੋ ਹਾਥੀ ਇਕੱਠੇ ਜੋੜ ਕੇ ਲੰਘਾ ਦਿਓ ਤਾਂ ਵੀ ਨਿਕਲ ਜਾਣਗੇ, ਏਡਾ ਦਰਵਾਜ਼ਾ ਖੁੱਲ੍ਹਾ ਤੇ ਏਡਾ ਵੱਡਾ। ਤੁਸੀਂ ਕਹਿੰਦੇ ਹੋ ਦਰਵਾਜ਼ਾ ਬੜਾ ਛੋਟਾ। ਸਾਹਿਬ ਕਹਿੰਦੇ, ਮੈਂ ਤੈਨੂੰ ਕਹਿ ਦੇਣਾ ਤੇਰਾ ਦਰਵਾਜ਼ਾ ਬੜਾ ਛੋਟਾ ਹੈ, ਤਾਂ ਕਰਕੇ ਮੈਥੋਂ ਆਇਆ ਨਹੀਂ ਜਾਣਾ। ਕਹਿੰਦਾ, ਨਹੀਂ ਬਾਬਾ, ਫਿਰ ਤੁਸੀਂ ਮੇਰੇ ਘਰੇ ਗਏ ਨਹੀਂ, ਫਿਰ ਤੁਸੀਂ ਵੇਖੇ ਨਹੀਂ, ਮੇਰਾ ਮਹਿਲ ਤੇ ਆਲੀਸ਼ਾਨ ਹੈ, ਉੱਥੇ ਤਾਂ ਲੋਕ ਤਰਸਦੇ ਨੇ ਅੰਦਰ ਜਾਣ ਨੂੰ। ਲੋਕ ਆਹ ਲੋਕ ਮੈਂ ਕਦੇ ਅੰਦਰ ਨਹੀਂ ਵੜਨ ਦਿੱਤੇ, ਪਰ ਤੁਹਾਨੂੰ ਮੈਂ ਇਸ ਗੱਲ ਵਾਸਤੇ ਕਹਿ ਰਿਹਾ, ਤੁਸੀਂ ਜਾਓ ਮੇਰੇ ਘਰੇ ਆਓ। ਬਾਬਾ ਕਹਿੰਦਾ, ਮੈਂ ਤੇਰੇ ਉਹਨਾਂ ਦਰਵਾਜ਼ਿਆਂ ਵੱਡਿਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਇਸ ਗੱਲ ਕਰ ਰਿਹਾ ਵੀ ਤੇਰਾ ਦਰਵਾਜ਼ਾ ਇਸ ਗੱਲੋਂ ਛੋਟਾ ਵੀ ਜਿਨ੍ਹਾਂ ਨੂੰ ਤੂੰ ਕਹਿੰਦਾ ਮੈਂ ਵੜਨ ਨਹੀਂ ਦਿੰਦਾ, ਜਦੋਂ ਇਹ ਵੜਨਗੇ ਮੈਂ ਸਮਝਾਂਗਾ ਤੇਰਾ ਦਰਵਾਜ਼ਾ ਵੱਡਾ ਹੈ। ਆਹ ਲੋਕ ਜਿਹੜੇ ਤੂੰ ਬਾਹਰ ਕੱਢ ਕੇ ਸੁੱਟ ਰਿਹਾ ਨਾ, ਜਿਹਨਾਂ ਨੂੰ ਤੂੰ ਬਹੁਤ ਹੀ ਘਿਨਾਉਣੇ ਸਮਝਦਾ, ਮੈਂ ਜਾਵਾਂਗਾ ਜ਼ਰੂਰ ਤੇ ਕਰ, ਪਰ ਮੇਰੇ ਨਾਲ ਇਹ ਜਾਣਗੇ, ਮਨਜ਼ੂਰ ਹੈ? ਕੇਸ਼ਵ ਦੱਤ ਥੋੜ੍ਹਾ ਸਮਾਂ ਸੋਚਦਾ, ਕਹਿੰਦਾ, ਬਾਬਾ ਠੀਕ ਹੈ ਚੱਲ ਫਿਰ ਨਾਲ ਲੈ। ਬਾਬਾ ਕਹਿੰਦਾ, ਮੈਂ ਇਹ ਨਹੀਂ ਵੀ ਮੈਂ ਫੇਰਾ ਪਾ ਕੇ ਆ ਜਾਣਾ, ਮੈਂ ਕੁਝ ਤੇਰੇ ਨਾਲ ਵਾਅਦੇ ਕਰਨੇ ਨੇ, ਉੱਥੇ ਤੇਰੇ ਘਰ ਜਾਣਾ ਹੈ, ਤੈਨੂੰ ਵਾਅਦੇ ਕਰਨੇ ਪੈਣਗੇ, ਜੇ ਪੂਰੇ ਕਰੇਗਾ ਤੇ ਤਾਂ ਨਹੀਂ ਤੇ ਅਸੀਂ ਨਹੀਂ ਜਾਂਦੇ, ਮੈਂ ਤੇ ਫਿਰ ਇਹਨਾਂ 'ਚ ਬੈਠਾ ਹੀ ਹਾਂ। ਹੁਣ ਰਾਜੇ ਨੇ ਵੀ ਗੱਲ ਕਹੀ ਲੋਕਾਂ ਸਾਹਮਣੇ, ਉਹਦੀ ਬੇਇੱਜ਼ਤੀ ਵੀ ਸੀ ਜੇ ਨਾ ਮੰਨਦਾ। ਤੇ ਅਖੀਰ ਕਹਿੰਦਾ, ਬਾਬਾ ਜਿਵੇਂ ਤੁਹਾਡੀ ਮਰਜ਼ੀ ਮੈਂ ਜ਼ਰੂਰ ਕਰਾਂਗਾ। ਹੁਣ ਉਸ ਵੇਲੇ ਸੁਭਾਵਕ ਹੀ ਗੁਰੂ ਨਾਨਕ ਸਾਹਿਬ ਦੀਆਂ ਵਿਚਾਰਾਂ ਸੁਣ ਕੇ ਮਨ ਬਦਲ ਚੁੱਕਾ ਸੀ। ਕਹਿੰਦਾ, ਠੀਕ ਹੈ ਬਾਬਾ ਚਲੋ ਕਰੇ। ਗੁਰੂ ਨਾਨਕ ਸਾਹਿਬ ਸਾਰੇ ਆ ਜਿੰਨੀ ਉੱਥੇ ਸੰਗਤ ਬੈਠੀ ਸਾਰਿਆਂ ਨੂੰ ਨਾਲ ਲੈ ਚੱਲਦੇ। ਉਹਨਾਂ ਦੀ ਪਹਿਲਾਂ ਇੱਕ ਪੰਗਤ ਲਾਉਂਦੇ, ਪ੍ਰਸ਼ਾਦਾ ਛਕਾਇਆ ਜਾਂਦਾ, ਸਭ ਨੂੰ ਬਰਾਬਰ ਬਿਠਾ। ਗੁਰੂ ਨਾਨਕ ਸਾਹਿਬ ਖੁਦ ਵਿੱਚ ਬੈਠਦੇ। ਕੇਸ਼ਵ ਦੱਤ ਨੂੰ ਕਹਿੰਦਾ, ਤੂੰ ਮੇਰੇ ਨਾਲ ਇੱਥੇ ਬੈਠ ਇਹਨਾਂ ਦੇ ਵਿੱਚ। ਪਹਿਲੀ ਗੱਲ ਗੁਰੂ ਨਾਨਕ ਸਾਹਿਬ ਨੇ ਉਸ ਅੰਦਰ ਇਨਸਾਨੀਅਤ ਜਗਾਈ ਵੀ ਤੂੰ ਇਨਸਾਨੀਅਤ ਭੁੱਲ ਚੁੱਕਾ ਹੈ। ਤੂੰ ਆਖ ਰਿਹਾ ਸੀ ਮੈਂ ਰਾਜਾ, ਆ ਮੇਰੀ ਪ੍ਰਜਾ, ਤੇ ਚਾਹੇ ਮੈਂ ਇਹਨਾਂ ਉੱਤੇ ਜਾਨਵਰਾਂ ਵਾਂਗ ਇਹਨਾਂ ਉੱਤੇ ਕਹਿਰ ਕਰਾਂ, ਤੇ ਚਾਹੇ ਮੈਂ ਇਹਨਾਂ ਉੱਤੇ ਇਨਸਾਨਾਂ ਵਾਂਗ ਰਹਾਂ। ਬਾਬਾ ਕਹਿੰਦਾ, ਨਹੀਂ, ਇਹ ਇਨਸਾਨ ਨੇ ਪਹਿਲਾਂ ਇਹ ਗੱਲ ਵੇਖ, ਇਹ ਸਾਰੇ ਇਨਸਾਨ ਨੇ ਪਹਿਲਾਂ। ਬਾਬੇ ਦਾ ਇੱਕ ਬਾਣੀ ਦਾ ਬੜਾ ਪਿਆਰਾ ਬਚਨ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਣ
ਤਿੱਥੇ ਨਦਰ ਤੇਰੀ ਬਖਸ਼ੀਸ਼। ਰਾਜਾ ਕੇਸੁਦੱਤ ਗੁਰੂ ਨਾਨਕ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਇਆ, ਸੱਚ ਕਰਕੇ ਨਿਸਾਨਿਤ ਜਾਗੀ ਅੰਦਰ। ਮੈਂ ਇੱਕ ਬੇਨਤੀ ਇੱਥੇ ਵਿਚਾਰਾਂ, ਬਹੁਤ ਲੋਕ ਕੋਈ ਦੇਵਤਾ ਤੇ ਕੋਈ ਬ੍ਰਹਮ ਗਿਆਨੀ ਬਣਨ ਤੁਰਿਆ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਪਹਿਲਾਂ ਇਨਸਾਨ ਬਣ ਜਾ, ਫਿਰ ਜੋ ਮਰਜ਼ੀ ਬਣ ਜਾ। ਮੈਂ ਇਹ ਗੱਲ ਕਹਿੰਦਾ, ਜਿਹੜਾ ਬੰਦਾ ਇਨਸਾਨ ਬਣ ਗਿਆ ਉਹ ਸਭ ਕੁਛ ਹੀ ਬਣ ਗਿਆ, ਜਿਹੜਾ ਇਨਸਾਨ ਹੀ ਨਹੀਂ ਬਣ ਪਾਇਆ ਉਹ ਧਰਮੀ ਭਾਵੇਂ ਬ੍ਰਹਮ ਗਿਆਨੀ ਨਾਲ ਲਾਈ ਫਿਰੇ, ਭਾਵੇਂ 108 ਲਾਈ ਫਿਰੇ ਹਾਂ, ਭਾਵੇਂ ਤੇ ਗੱਲ ਤੇ ਇਨਸਾਨੀਅਤ ਜਗਾਉਣ ਦੀ ਹੈ, ਅੰਦਰ ਜਾਗਣ ਦੀ ਹੈ। ਕੇਸਵਦੱਤ ਅੰਦਰ ਉਹ ਅਹਿਸਾਸ ਜਾਗਿਆ ਵੀ ਵਾਕਈ ਮੈਂ ਗਲਤ ਸੀ, ਮੈਂ ਇਹਨਾਂ ਲੋਕਾਂ ਨੂੰ ਹੁਣ ਤੱਕ ਜਾਨਵਰ ਸਮਝਦਾ ਰਿਹਾ, ਹੁਣ ਤੱਕ ਇਹਨਾਂ ਲੋਕਾਂ ਨਾਲ ਕੋਈ ਇਹੋ ਜਿਹਾ ਇੱਦਾਂ ਦਾ ਕਦੇ ਸਵਾਦ ਹੀ ਨਹੀਂ ਚੱਖਿਆ ਕਿ ਮੈਂ ਇਹਨਾਂ ਵਿੱਚ ਬੈਠ ਕੇ ਕਦੇ ਫੁਲਕਾ ਪਾਣੀ ਛੱਕ ਸਕਾਂ। ਔਰ ਛੱਕਿਆ, ਬੜਾ ਆਨੰਦ ਆਇਆ, ਬੜਾ ਖੁਸ਼ ਹੋਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹੁਣ ਮੈਂ ਤੈਨੂੰ ਇੱਕ ਗੱਲ ਕਹਿਣੀ ਵੀ ਆਹ ਜਿੰਨੇ ਲੋਕ ਨੇ, ਤੂੰ ਇਹ ਮੰਨ ਕੇ ਤੇਰੇ ਭਰਾ, ਤੇਰੀਆਂ ਭੈਣਾਂ, ਤੇਰੇ ਪਰਿਵਾਰ ਨੇ ਸਾਰੇ। ਕਹਿੰਦਾ ਬਾਬਾ ਇਹ ਗੱਲ ਮੈਂ ਮੰਨਾਂਗਾ ਇਸ ਤੋਂ ਬਾਅਦ। ਕਹਿੰਦੇ ਕੱਲ੍ਹ ਇੱਥੇ ਵੀ ਰੁਕਣੀ ਨਹੀਂ, ਆਹ ਜਿੰਨੇ ਲੋਕ ਨੇ ਇਹਨਾਂ ਨੂੰ ਕਾਰੋਬਾਰ ਦੇਣਾ, ਦੂਜੀ ਗੱਲ ਇਹਨਾਂ ਲੋਕਾਂ ਨੂੰ ਵਿਦਿਆ ਦੇਣਾ ਤੇਰਾ ਪ੍ਰਬੰਧ ਹੈ, ਤੇਰੀ ਜ਼ਿੰਮੇਵਾਰੀ। ਬਾਬਾ ਕਹਿੰਦਾ ਵੀ ਜਿੱਥੋਂ ਮਰਜ਼ੀ ਪ੍ਰਬੰਧ ਕਰ, ਕਿਉਂਕਿ ਤੂੰ ਰਾਜਾ ਹੈ ਤੇ ਰਾਜਾ ਹਰ ਪ੍ਰਬੰਧ ਕਰ ਸਕਦਾ ਹੈ, ਤੂੰ ਇਹਨਾਂ ਲੋਕਾਂ ਨੂੰ ਵਿਦਿਆ ਦਾ ਗਿਆਨ ਦੇ। ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤੇ ਚੱਲ ਕੇ ਕੇਸਵਦੱਤ ਨੇ, ਇਤਿਹਾਸਕਾਰ ਜ਼ਿਕਰਕਾਰ ਦੱਸਦੇ ਨੇ ਕਿ ਪੰਡਿਤ ਕੇਸਵਦੱਤ ਨੇ ਬਨਾਰਸ ਅਤੇ ਹੋਰ ਕਈ ਇਲਾਕਿਆਂ ਵਿੱਚ ਜਿੱਥੇ ਪੰਡਿਤ ਵਿਦਵਾਨ ਲੋਕ ਰਹਿੰਦੇ ਸਨ, ਸੂਝਵਾਨ ਲੋਕ ਰਹਿੰਦੇ ਸਨ, ਉਹਨਾਂ ਇਲਾਕਿਆਂ ਵਿੱਚੋਂ ਵਿਦਵਾਨ ਲੋਕ ਬੁਲਾ ਕੇ, ਪਾਂਧੇ ਬੁਲਾ ਕੇ ਉਸਨੇ ਉੱਥੇ ਧਰਮਸ਼ਾਲਾ ਬਣਵਾਈ ਤੇ ਧਰਮਸ਼ਾਲਾ ਦੇ ਵਿੱਚ ਲੋਕਾਂ ਨੂੰ ਵਿਦਿਆ ਦਾ ਗਿਆਨ ਦਿੱਤਾ ਜਾਣ ਲੱਗਾ। ਨਾਲੇ ਦੇ ਨਾਲੇ ਉੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਜਪਜੀ ਸਾਹਿਬ, ਉਸ ਦਾ ਸਾਰੀ ਸਿੱਖ ਸੰਗਤ ਨੂੰ ਪਾਠ ਕਰਕੇ ਸੁਣਾਇਆ ਜਾਣ ਲੱਗਾ। ਜਪਜੀ ਸਾਹਿਬ ਲੋਕਾਂ ਸਾਰੇ ਸਿੱਖ ਨੂੰ ਲਿਖ ਲਿਖ ਕੇ ਦੇਣ ਦਾ ਪ੍ਰਬੰਧ ਉੱਥੋਂ ਦੇ ਲਿਖਾਰੀਆਂ ਨੂੰ ਦਿੱਤਾ ਗਿਆ, ਜਿੱਥੋਂ ਹੌਲੀ ਹੌਲੀ ਉਹ ਕੇਰਲ ਦਾ ਇਹ ਲੋਕ ਇੰਨੇ ਵਿਕਸਿਤ ਹੋਏ, ਉਹ ਕੋਚੀਨ ਦੇ ਲੋਕ ਇੰਨੇ ਵਿਕਸਿਤ ਹੋਏ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਇੰਨਾ ਹੱਸ ਕੇ ਅਪਣਾਇਆ। ਕਿੱਥੇ ਲੋਕ ਗੁਲਾਮੀ ਕਰਦੇ ਸੀ, ਹੁਣ ਉਸ ਰਾਜੇ ਦਾ ਰਾਜ ਇੰਨਾ ਦਿਨਾਂ ਦਿਨ ਦੁਗਣੀ ਰਾਜ ਚੌਗਣੀ ਤਰੱਕੀ ਕਰ ਗਿਆ। ਕਾਰਨ ਇਹ ਸੀ ਕਿ ਲੋਕ ਪੜ੍ਹੇ ਲਿਖੇ ਹੋ ਗਏ, ਲੋਕ ਸਿਆਣੇ ਹੋ ਗਏ, ਉਹਦੀ ਪਰਜਾ ਦੇ ਵਿੱਚ ਉਹਦਾ ਸਾਥ ਦੇਣ ਲੱਗੇ, ਰਾਜਾ ਪਰਜਾ ਇੱਕ ਹੋ ਗਏ, ਰਾਜ ਕਿਉਂ ਨਹੀਂ ਸੀ ਵਧਣਾ ਪੜਾ। ਜਿੱਥੇ ਪਰਜਾ ਤੇ ਰਾਜਾ ਆਪਸ ਵਿੱਚ ਪਿਆਰ ਨਾਲ ਰਹਿ ਰਹੇ ਹੋਣ, ਰਾਜੇ ਨੂੰ ਕੋਈ ਡਰ ਹੀ ਨਹੀਂ ਪਰਜਾ ਵਿੱਚ ਜਾਣ ਦਾ, ਤੋ ਦੇਸ਼ ਤਰੱਕੀ ਭਲਾ ਕਿਉਂ ਨਹੀਂ ਕਰੇਗਾ। ਤੁਸੀਂ ਵੇਖ ਲਓ ਫੋਰਨ ਦੇ ਭਾਵੇਂ ਰਾਸ਼ਟਰਪਤੀ ਵੀ ਹੋਣ, ਇਕੱਲੇ ਪਬਲਿਕ ਤੁਰੇ ਫਿਰਦੇ, ਇਕੱਲੇ ਕੋਈ ਡਰ ਨਹੀਂ ਹੈ ਉਹਨਾਂ ਨੂੰ। ਉਹ ਦੇਸ਼ ਤਰੱਕੀ ਵੀ ਕਿਉਂ ਕਰ ਰਿਹਾ, ਕਿਉਂਕਿ ਉਹਨਾਂ ਨੇ ਲੋਕਾਂ ਨੂੰ ਆਪਣਾ ਪਰਿਵਾਰ ਸਮਝਿਆ ਹੋਇਆ, ਉਹਨਾਂ 'ਚ ਤਾਂ ਜਾਂ ਤਾਂ ਆਰਾਮ ਨਾਲ ਜਾਂਦੇ ਨੇ, ਕੋਈ ਘਪਲਾ ਨਹੀਂ ਹੈ, ਕੋਈ ਫਰੇਬ ਨਹੀਂ ਹੈ, ਕੋਈ ਠੱਗੀ ਨਹੀਂ ਹੈ। ਹਿੰਦੁਸਤਾਨ 'ਚ ਵੇਖ ਲਓ, ਕੋਈ ਇਕੱਲਾ ਮੰਤਰੀ ਜਾ ਪਬਲਿਕ 'ਚ ਵੇਖ ਲਿਆ, ਔਖਾ ਹੈ। ਇਸੇ ਕਾਰਨ ਕਿ ਜਿਹੜੀ ਚੀਜ਼ ਬਾਬੇ ਨੇ ਵੇਖੀ ਵੀ ਆਹ ਚੀਜ਼ ਤੁਹਾਡੇ ਅੰਦਰ ਹੋਣੀ ਚਾਹੀਦੀ, ਤੁਹਾਡਾ ਆਪਸੀ ਪਿਆਰ, ਉਹ ਕੁਚੀਨ ਦੇ ਲੋਕਾਂ ਨੇ ਇੰਨਾ ਕਬੂਲ ਕੀਤਾ ਨਾ, ਉਹਨਾਂ ਨੇ ਕਬੂਲ ਕਰ ਲਿਆ। ਮੁੜ ਕੇ ਬਾਅਦ 'ਚ ਸਿੱਖਾਂ ਨੇ ਕੀ ਕਰਨਾ, ਸਿੱਖਾਂ ਦੇ ਲਾਗੇ ਜਾ ਕੇ ਵੀ ਵਿਚਾਰਧਾਰਾ ਨਹੀਂ ਰਹੀ ਹੈਗੀ, ਛੱਡ ਹੀ ਛੱਡ,
ਉਹ ਲੋਕ ਇੰਨੇ ਸਿਆਣੇ ਹੋਏ ਹਿੰਦੁਸਤਾਨ ਚੋਂ ਕੇਰਲਾ ਅੱਜ ਵਿਦਿਆ ਦੇ ਪੱਖ ਚੋਂ ਬੜਾ ਉੱਤੇ। ਰਿਕਸ਼ਾ ਚਲਾਉਣ ਵਾਲਾ ਵੀ MBA ਪੜ੍ਹਿਆ ਹੋਇਆ, ਇੰਗਲਿਸ਼ 'ਚ ਗੱਲ ਕਰਦਾ। ਗੱਲ ਪੜ੍ਹਾਈ ਦੀ, ਗੱਲ ਵਿਦਿਆ ਦੀ। ਬਾਬੇ ਨੇ ਇਹ ਪਸਾਰ ਬੜਾ ਉੱਚਾ ਕੀਤਾ ਉਹਨਾਂ ਦਾ। ਕੋਚੀਨ ਦਾ ਇਲਾਕਾ ਵੱਖਰੀ ਗੱਲ। ਅੱਜ ਇਤਿਹਾਸ ਕੁਛ ਐਸਾ ਬਣਾ ਦਿੱਤਾ ਕੋਚੀਨ ਦਾ ਕਿ ਅੱਜ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਨੂੰ ਬਹੁਤ ਪਾਸੇ ਕਰ ਦਿੱਤਾ। ਅੱਜ ਤੋਂ ਹੋਰਾਂ ਵਿਦਵਾਨਾਂ ਦੇ ਨਾਮ ਉਹਨਾਂ ਜੋੜ ਦਿੱਤੇ ਨੇ ਵੀ ਐਸ ਐਸ ਬੰਦੇ ਨੇ ਇੱਥੇ ਯੂਨੀਵਰਸਿਟੀ ਬਣਾ ਦਿੱਤੀ ਸੀ, ਐਸ ਬੰਦੇ ਨੇ ਇੱਥੇ ਕਾਲਜ ਖੋਲ੍ਹਿਆ ਸੀ, ਐਸ ਬੰਦੇ ਨੇ ਇੱਥੇ ਆ ਕੇ ਪਹਿਲਾਂ ਵਿਦਿਆਲਾ ਸ਼ੁਰੂ ਕੀਤੀ ਸੀ, ਗੁਰੂ ਨਾਨਕ ਸਾਹਿਬ ਨੂੰ ਬਿਲਕੁਲ ਪਾਸੇ ਕਰਤਾ। ਪਰ ਸਿੱਖ ਨੂੰ ਇਸ ਗੱਲ ਦਾ ਫਖਰ ਹੋਣਾ ਚਾਹੀਦਾ ਹੈ ਵੀ ਕੇਰਲ ਗੁਰੂ ਨਾਨਕ ਸਾਹਿਬ ਦੀ ਦੇਣ ਹੈ ਵਿਦਿਆ ਦੇ ਪੱਖ 'ਚ। ਕੇਰਲ ਤੋਂ ਅਗਲਾ ਇਲਾਕਾ ਆਉਂਦਾ ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਵਿੱਚ ਇੱਕ ਭੀਲ ਦਾ ਇਲਾਕਾ ਹੈ। ਭੀਲ ਇੱਕ ਏਰੀਆ, ਇਲਾਕਾ, ਕਸਬਾ ਹੈ। ਉਸ ਕਸਬੇ ਦੇ, ਉਸ ਇਲਾਕੇ ਦੇ ਵਿੱਚ ਜਿਹੜੇ ਲੋਕ ਨੇ ਨਾ, ਉਹ ਬੜੇ ਆਦਮ ਖੋਰਜੇ ਵਰਗੇ ਸਨ। ਜਾਂ ਇੰਝ ਕਹਿ ਲਈਏ ਵੀ ਉਹਨਾਂ ਲੋਕਾਂ ਅੰਦਰ ਇਨਸਾਨੀਅਤ ਪ੍ਰਤੀ ਕੁਛ ਵੀ ਜਾਣਕਾਰੀ ਨਹੀਂ ਸੀ। ਬਸ ਜੰਗਲਾਤ ਇਲਾਕਾ, ਜੰਗਲੀ ਲੋਕ ਸਨ, ਜੰਗਲਾਂ ਵਿੱਚ ਰਹਿਣ ਵਾਲੇ। ਉਸ ਭੀਲ ਦੇ ਇਲਾਕੇ 'ਚ ਬਾਬਾ ਜਦੋਂ ਵਿਚਰਦਾ ਹੈ ਨਾ, ਇੱਕ ਆਦਮੀ ਨੂੰ ਮਿਲਦਾ ਹੈ ਜਿਸ ਦਾ ਸੁਭਾਅ ਇੱਦਾਂ ਦਾ ਬਣ ਚੁੱਕਾ ਸੀ, ਆਦਮ ਖੋਰ ਵਾਲਾ। ਤੇ ਉਹਦਾ ਨਾਮ ਲਿਖਿਆ ਇਤਿਹਾਸਕਾਰ ਕੌਡਾ, ਕਈਆਂ ਨੇ ਫਿਰ ਕੌਡਾ ਰਾਕਸ਼ ਲਿਖਿਆ। ਸੂਰਜ ਪ੍ਰਕਾਸ਼ ਤੁਸੀਂ ਪੜ੍ਹੋਗੇ ਹੈਰਾਨ ਹੋ ਜਾਓਗੇ। ਉਹਨੇ ਕੌਡੇ ਰਾਕਸ਼ ਦਾ ਇਹੋ ਜਿਹਾ ਹੁਲੀਆ ਬਿਆਨ ਕੀਤਾ ਹੈ ਵੀ ਉਹਦੀਆਂ ਪਹਾੜ ਵਰਗਾ ਸਰੀਰ ਸੀ, ਗੁਫਾ ਵਰਗੀਆਂ ਨਾਸਾਂ ਸਨ, ਰੁੱਖਾਂ ਵਰਗੀਆਂ ਲੱਤਾਂ ਸਨ, ਏਡਾ ਵੱਡਾ ਸੀ। ਵੱਡੇ ਵੱਡੇ ਸਿੰਘ ਬਾਬੇ ਦੇ ਸਾਹਮਣੇ ਆ ਗਿਆ। ਅਸਲ ਵਿੱਚ ਉਹ ਇਲਾਕਾ ਹੀ ਇੱਦਾਂ ਦੇ ਲੋਕਾਂ ਦਾ ਹੈ ਕਿ ਉਹ ਲੋਕ ਇਨਸਾਨੀਅਤ ਨੂੰ ਜਾਣਦੇ ਨਹੀਂ, ਸ਼ਿਕਾਰ ਕਰਦੇ ਨੇ ਬੰਦਿਆਂ ਦਾ ਵੀ, ਜਾਨਵਰਾਂ ਦਾ ਵੀ। ਕਬਾਇਲੀ ਲੋਕ ਨੇ, ਕਬੀਲਿਆਂ 'ਚ ਰਹਿਣ ਵਾਲੇ। ਅਤੇ ਗੁਰੂ ਨਾਨਕ ਪਾਤਸ਼ਾਹ ਉਸ ਇਲਾਕੇ ਵਿੱਚ, ਹਾਂ ਉਹ ਇਹ ਗੱਲ ਜ਼ਿਕਰ ਜ਼ਰੂਰ ਹੈ ਵੀ ਉਸ ਬੰਦੇ ਨੇ, ਉਸ ਕੌਡੇ ਨੇ ਭਾਈ ਮਰਦਾਨਾ ਜੀ ਨੂੰ ਫੜਿਆ ਜ਼ਰੂਰ ਹੈ ਆਪਣਾ ਸ਼ਿਕਾਰ ਸਮਝ ਕੇ, ਪਰ ਬਾਬਾ ਉਹਦੇ ਨਾਲ ਸੀ। ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਹੜੇ ਇੱਦਾਂ ਦੇ ਇਹੋ ਜਿਹੇ ਬੰਦੇ ਜਿਹੜੇ ਕੌਡੇ ਵਰਗੇ ਰਾਕਸ਼ ਸੁਭਾਅ ਦੇ ਹੋ ਚੁੱਕੇ ਸਨ, ਬਾਬੇ ਨੇ ਬੰਦੇ ਬਣਾ ਦਿੱਤੇ। ਹੈਗੇ ਇਨਸਾਨ ਹੀ ਸੀ, ਪਰ ਆਪਣੀ ਇਨਸਾਨੀਅਤ ਮਾਰ ਚੁੱਕੇ ਸੀ, ਜੋ ਗਵਾ ਚੁੱਕੇ ਸਨ। ਤੁਸੀਂ ਹੈਰਾਨ ਹੋਵੋਗੇ, ਆਪਾਂ ਇੱਥੋਂ ਤੱਕ ਹੀ ਸਾਖੀ ਸੁਣੀ ਹੈ ਵੀ ਕੌਡੇ ਦਾ ਉਧਾਰ ਕੀਤਾ ਅਤੇ ਚਲੇ ਗਏ, ਪਰ ਇਹ ਨਹੀਂ ਸੁਣਿਆ ਵੀ ਬਾਅਦ ਵਿੱਚ ਕੌਡੇ ਦਾ ਘਰ ਧਰਮਸ਼ਾਲਾ ਵੀ ਬਣਿਆ ਜੀ। ਜਿਹੜੇ ਰਾਹ 'ਚ ਲੋਕ ਲੰਘਣ ਵਾਸਤੇ ਡਰਦੇ ਸੀ ਵੀ ਇੱਥੇ ਜਾਣਾ ਨਹੀਂ ਹੈ, ਇੱਧਰ ਕੌਡੇ ਨਾਂ ਦਾ ਕੋਈ ਬੰਦਾ ਰਾਕਸ਼ ਵਰਗਾ ਰਹਿੰਦਾ ਹੈ ਜਿਹੜਾ ਲੋਕਾਂ ਦਾ ਸ਼ਿਕਾਰ ਕਰਦਾ ਹੈ, ਬਾਬੇ ਨੇ ਉਹਨੂੰ ਇਹੋ ਜਿਹਾ ਇਨਸਾਨ ਬਣਾਇਆ, ਉਹਦੇ ਘਰ ਧਰਮਸ਼ਾਲਾ ਬਣ ਗਈ। ਜਿਹੜੇ ਲੋਕ ਡਰਦੇ ਸੀ ਉੱਧਰ ਜਾਣ ਤੋਂ, ਅੱਜ ਭੀੜਾਂ ਬਣਾ ਕੇ ਉੱਧਰ ਜਾਂਦੇ ਨੇ ਉਹਦੀ ਵਿਚਾਰ ਸੁਣਨ ਵਾਸਤੇ, ਉਹਦੇ ਘਰ ਬੈਠਣ ਵਾਸਤੇ, ਕਿਉਂਕਿ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੂਵਾ। ਬਾਬਾ ਜਿਹਨੂੰ ਵੀ ਮਿਲੇ ਉਹਨੂੰ ਇਨਸਾਨ ਨਾ ਬਣਾਵੇ ਤੇ ਫਿਰ ਬਾਬਾ ਵੀ ਕਾਹਦਾ ਹੋਇਆ ਨਾ ਭਲਾ। ਬਾਬਾ ਤੇ ਹੈ ਹੀ ਉਹ ਸੀ ਜਿਹੜਾ ਜਾਹਰ ਪੀਰ ਜਗਤ ਗੁਰ ਬਾਬਾ, ਜਿਹੜਾ ਜਿਹਨੂੰ ਵੀ ਮਿਲ ਲੈਂਦਾ ਸੀ ਦਿਲ ਧੋ ਕੇ ਰੱਖ ਦਿੰਦਾ ਸੀ ਬਾਬਾ, ਉਹਦਾ ਉਹਦੇ ਅੰਦਰ ਇਨਸਾਨੀਅਤ ਜਗਾ ਦਿੰਦਾ।
ਇਹ ਭੀਲ ਦਾ ਇਲਾਕਾ ਹੌਲੀ ਹੌਲੀ ਸਿੱਖ ਬਣਨਾ ਸ਼ੁਰੂ ਹੋ ਗਿਆ। ਐਵੇਂ ਨਹੀਂ ਇਤਿਹਾਸ ਦੱਸਦਾ ਵੀ 2.5 ਕਰੋੜ ਸਿੱਖ ਬਣ ਗਿਆ ਸੀ, ਐਵੇਂ ਨਹੀਂ ਬਣ ਗਿਆ। ਬਾਬਾ ਘਰ ਘਰ ਗਿਆ, ਬਾਬਾ ਹਰ ਇਲਾਕੇ ਵਿੱਚ ਗਿਆ ਸੀ। ਹੁਣ ਇੱਕ ਮੈਂ ਬੇਨਤੀ ਕਰਾਂ, ਕੋਈ ਵੀ ਕਬੀਲਾ ਹੁੰਦਾ ਹੈ ਨਾ, ਅਸੀਂ ਪਿੰਡ ਦੀ ਗੱਲ ਹੀ ਕਰ ਲੈਂਦੇ, ਪਿੰਡ ਵਿੱਚ ਇੱਕ ਮੁਖੀਆ ਬੰਦਾ ਤਾਂ ਜ਼ਰੂਰ ਹੁੰਦਾ ਹੀ ਹੈ, ਕਬੀਲੇ ਵਿੱਚ ਇੱਕ ਮੁਖੀਆ ਬੰਦਾ ਹੁੰਦਾ। ਔਰ ਮੁਖੀ ਬੰਦੇ ਦੇ ਅਧੀਨ ਜਾਂ ਮੁਖੀ ਬੰਦੇ ਨੇ ਜਿਹੋ ਜਿਹਾ ਤਕਰੀਬਨ ਹੁਕਮ ਆਰਡਰ ਕਰ ਦੇਣਾ, ਲੋਕ ਵਧੇਰੇ ਮੰਨ ਲੈਂਦੇ ਨੇ। ਤੇ ਜਿਹੜਾ ਇਹ ਇਲਾਕਾ ਸੀ ਨਾ ਭੀਲ ਦਾ, ਇਹਨਾਂ ਦਾ ਮੁਖੀ ਬੰਦਾ ਇਹ ਕੌਡਾ ਸੀ। ਤੇ ਜਿਹੜਾ ਮੁਖੀ ਬੰਦਾ ਕੌਡਾ ਸੀ, ਜਦੋਂ ਇੱਕ ਮੁਖੀ ਬਦਲ ਗਿਆ ਤੇ ਬਾਕੀ ਬੜਾ ਗੁਣ ਬਦਲਣ ਗਏ। ਜਦੋਂ ਮੁਖੀ ਨੇ ਹੀ ਆਪਣੇ ਆਪ ਨੂੰ ਮੋਲਡ ਕਰ ਲਿਆ, ਬਦਲ ਲਿਆ ਹੈ, ਤੇ ਬਾਕੀਆਂ ਨੇ ਤਾਂ ਬਦਲਣਾ ਹੀ ਸੀ। ਹੌਲੀ ਹੌਲੀ ਉਹ ਇਲਾਕਾ ਹੀ ਗੁਰੂ ਨਾਨਕ ਦੇ ਗੁਣ ਗਾਉਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਇਹ ਆਂਧਰਾ ਪ੍ਰਦੇਸ਼ ਤੋਂ ਹੁੰਦੇ ਹੋਏ ਭੀਲ ਦੇ ਇਲਾਕੇ ਚੋਂ ਨਿਕਲ ਕੇ ਗੁਰੂ ਪਾਤਸ਼ਾਹ ਜੀ ਅੱਗੇ ਆਉਂਦੇ ਨਾਨਕ ਝੀਰਾ। ਇੱਥੇ ਦੋ ਫਕੀਰ ਮਿਲੇ ਗੁਰੂ ਨਾਨਕ ਸਾਹਿਬ ਨੂੰ, ਸੈਯਦ ਯਕੂਬ ਅਲੀ ਅਤੇ ਜਲਾਲੂਦੀਨ। ਦੋ ਫਕੀਰਾਂ ਨਾਲ ਮੇਲ ਹੋਇਆ। ਇੱਥੇ ਦੇ ਇਲਾਕੇ ਨੂੰ ਦੇਖਦਿਆਂ ਗੁਰੂ ਨਾਨਕ ਸਾਹਿਬ ਨੇ ਇੱਕ ਝਰਨਾ ਵੀ ਫਟਾਇਆ ਸੀ, ਉਹ ਅੱਜ ਵੀ ਮੌਜੂਦ ਹੈ, ਨਾਨਕ ਝੀਰਾ। ਉਸ ਅਸਥਾਨ ਤੇ ਗੁਰੂ ਨਾਨਕ ਸਾਹਿਬ ਕੋਈ ਸਮਾਂ ਰੁਕੇ ਤੇ ਉਸ ਉਹਨਾਂ ਫਕੀਰਾਂ ਦੇ ਨਾਲ ਵਾਰਤਾਲਾਪ। ਯਾਦ ਰੱਖਣੇ ਇਹ ਸੈਯਦ ਭਰਾ ਸੈਯਦ ਫਕੀਰ ਸਨ, ਤੇ ਮੈਂ ਜ਼ਿਕਰ ਕਈ ਵਾਰੀ ਕੀਤਾ ਸੈਯਦ ਫਕੀਰ ਜਿਹੜਾ ਫਿਰਕਾ ਹੈ ਨਾ, ਇਹ ਮੁਹੰਮਦ ਸਾਹਿਬ ਦੀ ਬੇਟੀ ਫਾਤਿਮਾ ਦੇ ਬੇਟੇ ਹਜ਼ਰਤ ਹਸਨ ਤੇ ਹੁਸੈਨ ਦੇ ਕੁੱਲ 'ਚ ਸ਼ੁਰੂ ਹੋਇਆ ਹੈ। ਉਹਨਾਂ ਨੇ ਗਾਂ ਇਹ ਫਿਰਕੇ ਸੀ ਜਿਹੜੇ ਸੈਯਦ ਸੀ ਸ਼ੁਰੂ ਹੋਏ ਸਨ। ਇਹਨਾਂ ਨੇ ਗੁਰੂ ਨਾਨਕ ਸਾਹਿਬ ਨਾਲ ਵਾਰਤਾਲਾਪ ਕੀਤੀ, ਬੜਾ ਆਨੰਦ ਆਇਆ, ਕੋਈ ਸਮਾਂ ਰੁਕੇ। ਫਿਰ ਉਸ ਤੋਂ ਅੱਗੇ ਨਾਂਦੇੜ ਆ ਗਏ ਗੁਰੂ ਨਾਨਕ ਸਾਹਿਬ, ਜਿੱਥੇ ਅੱਜ ਗੁਰਦੁਆਰਾ ਮਾਲ ਟੇਕੜੀ ਸਾਹਿਬ ਬਣਿਆ ਨਾ, ਇੱਥੇ ਠਹਿਰੇ ਸੀ ਗੁਰੂ ਨਾਨਕ ਸਾਹਿਬ। ਉੱਥੇ ਇੱਕ ਫਕੀਰ ਮਿਲਿਆ ਸੀ, ਉਹਨਾਂ ਸੀ ਸ਼ਾਹ ਹੁਸੈਨ। ਗੁਰੂ ਨਾਨਕ ਸਾਹਿਬ ਉਹਨੂੰ ਮਿਲੇ ਜਿੱਥੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਬਣਿਆ, ਤੇ ਸ਼ਾਹ ਹੁਸੈਨ ਨਾਲ ਕੁਛ ਵਾਰਤਾਲਾਪ। ਇੱਥੇ ਕਿਉਂਕਿ ਮੈਂ ਇੱਕ ਬੇਨਤੀ ਕਰਦਾ, ਬਾਬਾ ਬਹੁਤਾ ਸਮਾਂ ਉੱਥੇ ਲਾਉਂਦਾ ਜਿੱਥੇ ਲੋਕ ਵਧੇਰੇ ਵਿਗੜੇ ਨੇ, ਜਿੱਥੇ ਲੋਕ ਜ਼ਿਆਦਾ ਗਲਤ ਰਾਹ ਤੇ ਨੇ, ਤੇ ਜਿੱਥੇ ਵਾਕਈ ਲੋਕ ਰੱਬ ਨਾਲ ਜੁੜੇ ਨੇ, ਬਾਬਾ ਉੱਥੇ ਕੁਝ ਕੁ ਸਮਾਂ ਹੀ ਰੁਕਦਾ। ਨਾ ਬਾਬਾ ਬਹੁਤਾ ਸਮਾਂ ਨਾਨਕ ਜੀ ਰੁਕਿਆ, ਨਾ ਰੁਕਿਆ ਬਹੁਤਾ ਸਮਾਂ ਨੰਦੇੜ ਰੁਕਿਆ, ਇੱਕ ਦੋ ਦਿਨ ਉਸ ਸ਼ਾਹ ਹੁਸੈਨ ਕੋਲ ਰੁਕੇ। ਫਿਰ ਅੱਗੇ ਦੋ ਪਿੰਡ ਆਉਂਦੇ, ਨਰਸੀ ਤੇ ਬਾਮਨੀ। ਇਹ ਮਹਾਰਾਸ਼ਟਰ ਦਾ ਇਲਾਕਾ ਹੈ ਸਾਰਾ ਹੀ, ਭਗਤ ਨਾਮਦੇਵ ਜੀ ਦਾ ਇਲਾਕਾ ਹੈ, ਭਗਤ ਤ੍ਰਿਲੋਚਨ ਜੀ ਦਾ ਇਲਾਕਾ ਹੈ। ਇਹਨਾਂ ਦੇ ਇਲਾਕੇ 'ਚ ਗੁਰੂ ਨਾਨਕ ਸਾਹਿਬ ਗਏ, ਭਗਤ ਨਾਮਦੇਵ ਜੀ ਭਗਤ ਤ੍ਰਿਲੋਚਨ ਜੀ ਦੀ ਬਾਣੀ ਲੈ ਕੇ ਆਏ ਗੁਰੂ ਨਾਨਕ ਸਾਹਿਬ। ਇਸ ਤੋਂ ਅੱਗੇ ਇੰਦੌਰ ਗਏ। ਇੰਦੌਰ ਦਾ ਇਲਾਕਾ ਜਿਹੜਾ ਹੈ ਨਾ, ਉਹ ਬੜਾ ਹੀ ਭਰਮ ਪਖੰਡਾਂ ਵਿੱਚ ਪਿਆ ਹੋਇਆ ਸੀ। ਇੰਦੌਰ ਦੇ ਲੋਕ ਰੁੱਖਾਂ ਦੀ ਬੜੀ ਪੂਜਾ ਕਰਦੇ ਸੀ, ਵੱਖ ਵੱਖ ਤਰ੍ਹਾਂ ਦੇ ਲੋਕਾਂ ਨੇ ਰੁੱਖ ਦੱਸੇ ਹੋਏ ਸੀ। ਜਿੱਦਾਂ ਹੁਣ ਤੁਲਸੀ ਦੀ ਪੂਜਾ ਲੋਕ ਕਰਦੇ ਨਾ, ਵੀ ਬੜੀ ਦੇਵੀ ਹੈ। ਪੰਡਿਤਾਂ ਨੇ ਉਦੋਂ ਹਰ ਬੰਦੇ ਨੂੰ ਇੱਕ ਇੱਕ ਰੁੱਖ ਦੇਵਤਾ ਦੱਸਿਆ ਹੋਇਆ ਸੀ। ਲੋਕਾਂ ਨੇ ਘਰਾਂ 'ਚ ਰੁੱਖ ਲਾਏ ਹੋਏ ਸੀ, ਉਹਨੂੰ ਪੂਜਦੇ ਲੋਕ। ਹੁਣ ਅੱਜ ਦੇ ਦੌਰ 'ਚ ਇਹ ਹੈਗਾ ਪ੍ਰਭਾਵ, ਕੋਈ ਪਿੱਪਲ ਪੂਜਦਾ, ਕੋਈ ਕਿੱਕਰ ਪੂਜਦਾ, ਕੋਈ ਬੋਹੜ ਪੂਜਦਾ, ਕੋਈ ਤੁਲਸੀ ਪੂਜਦਾ, ਕੋਈ ਬੇਰੀ ਨੂੰ ਮੱਥਾ ਟੇਕੀ ਜਾਂਦਾ,
ਗੱਲ ਇਹ ਵੀ ਕੋਈ ਨਾ ਕੋਈ ਬੰਦਾ ਅੱਜ ਵੀ ਰੁੱਖ ਨੂੰ ਦੇਵਤਾ ਮੰਨੀ ਬੈਠਾ ਹੋਇਆ ਨਾ, ਉਦੋਂ ਵੀ ਐਸਾ ਇੰਦੌਰ 'ਚ ਕੁਛ ਬੜਾ ਹੋ ਰਿਹਾ ਸੀ। ਹਰ ਘਰ 'ਚ ਰੁੱਖ ਸੀ, ਹਰ ਬੰਦੇ ਦਾ ਨਵਾਂ ਦੇਵਤਾ ਸੀ। ਬਾਬਾ ਹੈਰਾਨ, ਬਾਬਾ ਕਬਾਣੀ ਦੇ ਬਚਨ ਕਹਿੰਦਾ, ਨਾ ਸਤ ਰੁੱਖੀ ਬਿਰਖੀ ਪੱਥਰ ਆਪ ਤਿਸ਼ਾਵੈ ਦੁੱਖ ਸਹਿ। ਬਾਬਾ ਕਹਿੰਦਾ ਇਹਨਾਂ ਰੁੱਖਾਂ ਨੇ ਤੁਹਾਨੂੰ ਉਦਾ ਤੁਹਾਡਾ ਜੀਵਨ ਦਾ ਉਧਾਰ ਨਹੀਂ ਜੇ ਕਰਨਾ, ਤੁਹਾਡੇ ਜੀਵਨ ਨੂੰ, ਕਿਉਂਕਿ ਰੁੱਖ ਤੇ ਆਪ ਦੁੱਖ ਸਹਿੰਦਾ, ਰੁੱਖ ਤੇ ਆਪ ਆਪਣੇ ਨੂੰ ਕਟਾ ਲੈਂਦਾ, ਰੁੱਖ ਦੁੱਖ ਸਹਿ ਰਿਹਾ, ਜਿਹੜਾ ਆਪ ਦੁੱਖ ਸਹਿ ਰਿਹਾ ਤੁਹਾਨੂੰ ਕੀ ਦੁੱਖ ਸੁੱਖ ਦਊਗਾ। ਬਾਬੇ ਨੇ ਕਿਹਾ ਰੁੱਖਾਂ ਨੂੰ ਪੂਜਣ ਦਾ ਕੋਈ ਲਾਭ ਨਹੀਂ। ਉੱਥੇ ਬਹੁਤ ਲੋਕ ਬਾਬੇ ਦਾ ਵਿਰੋਧ ਕਰਨ ਆਏ ਵੀ ਅਸੀਂ ਤਾਂ ਬਾਬਾ ਕਈ ਸਦੀਆਂ ਤੋਂ ਕਰ ਰੁੱਖਾਂ ਦੀ ਪੂਜਾ ਕਰਦੇ, ਸਾਡੇ ਤੇ ਲਾਏ ਦੁੱਖ ਕਿੱਡੇ ਕਿੱਡੇ ਵੱਡੇ ਹੋ ਗਏ। ਬਾਬਾ ਕਹਿੰਦਾ ਇਹੀ ਤੇ ਤੁਹਾਡੇ ਅੰਦਰ ਹੁਣ ਤੱਕ ਬਹੁਤ ਵੱਡਾ ਹਨੇਰਾ ਰਿਹਾ ਨਾ, ਜੇ ਤੁਸੀਂ ਸੱਚ ਕਰਕੇ ਆਪਣੇ ਅੰਦਰ ਇਨਸਾਨੀਅਤ ਜਗਾਉਂਦੇ ਨਾ, ਤੁਸੀਂ ਆਹ ਜਿਹੜੇ ਲੋਕ ਘਰਾਂ 'ਚ ਰੁੱਖ ਪੂਜ ਰਹੇ ਨੇ ਨਾ, ਇਹ ਰੁੱਖ ਜਿਹੜੇ ਪੂਜ ਰਹੇ ਨੇ, ਇਹਨਾਂ ਲੋਕਾਂ ਨੇ ਇਨਸਾਨਾਂ ਵਿੱਚੋਂ ਰੱਬ ਵੇਖਣਾ ਸੀ, ਇਹ ਰੁੱਖਾਂ 'ਚੋਂ ਵੇਖ ਰਹੇ ਨੇ। ਤੁਸੀਂ ਲੱਭ ਰੁੱਖਾਂ ਵਿੱਚੋਂ ਰੱਬ ਰਹੇ ਹੋ, ਕਿਉਂਕਿ ਹੁਣ ਤੱਕ ਤੁਸਾਂ ਲੋਕਾਂ ਨੇ ਰਾਹ ਸਹੀ ਲੱਭਾ ਹੀ ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਵਿਚਾਰਧਾਰਾ ਸੁਣਦੇ ਨੇ, ਮੈਂ ਹੈਰਾਨ ਹੋਇਆ, ਉਹ ਵਿਚਾਰ ਨੂੰ ਸੁਣੋ। ਇਤਿਹਾਸ ਕਹਿੰਦਾ ਇੰਦੌਰ ਦਾ ਬਹੁਤ ਸਾਰਾ ਇਲਾਕਾ ਰੁੱਖ ਪੂਜਾ ਖਤਮ ਕਰ ਗਿਆ, ਤਕਰੀਬਨ ਇੰਦੌਰ ਦਾ ਇਲਾਕਾ ਗੁਰੂ ਨਾਨਕ ਸਾਹਿਬ ਤੋਂ ਇਹੋ ਜਿਹਾ ਪ੍ਰਭਾਵਿਤ ਹੋਇਆ, ਰੁੱਖ ਪੂਜਾ ਉਹਨਾਂ ਨੇ ਖਤਮ ਕਰ ਦਿੱਤੀ। ਹਾਂ, ਰੁੱਖ ਨਹੀਂ ਪੁੱਟੇ, ਰੁੱਖ ਤੇ ਲੱਗੇ ਹੀ ਸੀ, ਪਰ ਰੁੱਖ ਦੀ ਜਿਹੜੀ ਪੂਜਾ ਸੀ ਉਹ ਖਤਮ ਕਰ ਦਿੱਤੀ। ਪਰ ਹੌਲੀ ਹੌਲੀ ਚਾਣਕੀਆ ਨੀਤੀ ਨੇ ਇਹੋ ਜਿਹੀ ਖੇਡ ਵਰਤਾਈ, ਉਹਨੇ ਕਿਹਾ ਸਿੱਖਾਂ ਦੇ ਵਿੱਚ ਇਹ ਰੀਤ ਜਾਣੀ ਨਹੀਂ ਚਾਹੀਦੀ, ਖਤਮ ਕਰੋ। ਅੱਜ ਸਿੱਖ ਸਾਨੂੰ ਕਹਿਣਗੇ ਤੁਸੀਂ ਆਹ ਕੰਮ ਨਾ ਕਰੋ, ਅਸੀਂ ਸਿੱਖਾਂ ਨੂੰ ਕਹਿਣ ਵਾਲੇ ਤੇ ਹੋਵਾਂਗੇ, ਤੁਸੀਂ ਕਿਹੜਾ ਨਹੀਂ ਪੂਜਦੇ। ਮੈਂ ਇੱਕ ਬੇਨਤੀ ਕਰ ਦਿੰਦਾ, ਗੁਰੂ ਸਾਹਿਬਾਨਾਂ ਜੀ ਦੇ ਨਾਲ ਸੰਬੰਧਿਤ ਇਤਿਹਾਸਕ ਕਈ ਰੁੱਖ ਹੈਗੇ ਨੇ, ਚਾਹੇ ਉਹ ਜੰਡ ਸਾਹਿਬ ਹੈ, ਚਾਹੇ ਉਹ ਕਿੱਕਰ ਹੈ, ਚਾਹੇ ਉਹ ਬੇਰੀ ਹੈ, ਸਤਿਕਾਰਯੋਗ ਨੇ, ਇਤਿਹਾਸ ਦੀ ਨਿਸ਼ਾਨੀ ਹੈ, ਸੰਭਾਲਣਾ ਸਾਡਾ ਫਰਜ਼ ਹੈ। ਪਰ ਜਦੋਂ ਸਿਜਦਾ ਕਰਨਾ ਇਹਨਾਂ ਨੂੰ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੱਗੇ ਹੋਵੇ, ਕਿਉਂਕਿ ਹਰ ਸਿੱਖ ਪੜ੍ਹਦਾ ਹੈ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਨਾ ਕਿ ਰੁੱਖ ਹੈ। ਮੈਂ ਰੁੱਖ ਨੂੰ ਇਤਿਹਾਸਕ ਨਿਸ਼ਾਨੀ ਵਜੋਂ ਸਤਿਕਾਰ ਜ਼ਰੂਰ ਦਿੰਦਾ ਕਿ ਮੇਰੇ ਗੁਰੂ ਸਾਹਿਬਾਨਾਂ ਜੀ ਨੇ ਇਸ ਨਾਲ ਘੋੜਾ ਬੰਨਿਆ ਸੀ, ਇੱਥੇ ਬੈਠ ਕੇ ਸੇਵਾ ਕਰਵਾਈ ਸੀ, ਸਤਿਕਾਰਯੋਗ ਜ਼ਰੂਰ ਹੈ, ਪਰ ਮੇਰੇ ਵਾਸਤੇ ਗੁਰੂ ਨਹੀਂ ਹੈ, ਮੇਰੀ ਇਤਿਹਾਸ ਨਿਸ਼ਾਨੀ ਆ ਉਹ। ਹੁਣ ਦੇਖੋ ਘਰ ਵਿੱਚ ਬਜ਼ੁਰਗਾਂ, ਕਈ ਵਾਰ ਬਜ਼ੁਰਗ ਸਾਡੇ ਇੰਨੇ ਚੰਗੇ ਚੜ੍ਹਾਈ ਕਰ ਜਾਂਦੇ ਨੇ, ਆਪਾਂ ਉਹਨਾਂ ਦੇ ਕਿਸੇ ਨੇ ਖੂੰਡਾ ਸਾਂਭਿਆ, ਕਿਸੇ ਨੇ ਉਹਦਾ ਕੁੜਤਾ ਪਜਾਮਾ ਸਾਂਭਿਆ, ਕੋਈ ਜੋੜਾ ਸਾਂਭ ਕੇ ਘਰ 'ਚ ਨਿਸ਼ਾਨੀ ਰੱਖ ਕੇ ਬੈਠਾ ਹੋਇਆ, ਪਰ ਇਹਦਾ ਮਤਲਬ ਇਹ ਥੋੜ੍ਹਾ ਵੀ ਖੂੰਡਾ ਬਾਪੂ ਹੈ, ਖੂੰਡਾ ਬਾਪੂ ਥੋੜ੍ਹਾ ਕੋਈ ਨਿਸ਼ਾਨੀ ਰੱਖੀ ਨਾ ਪਾਉਂਦੀ ਇੱਕ। ਇੱਦਾਂ ਹੀ ਹੈ, ਅਸੀਂ ਜੋ ਇਤਿਹਾਸਕ ਨਿਸ਼ਾਨੀਆਂ ਨੇ ਉਹਨਾਂ ਨੂੰ ਇਤਿਹਾਸਕ ਨਿਸ਼ਾਨੀਆਂ ਵਜੋਂ ਸਤਿਕਾਰ ਦੇਣਾ ਸਾਡਾ ਫਰਜ਼ ਬਣਦਾ ਹੈ, ਨਾ ਕਿ ਉਹਨਾਂ ਨੂੰ ਮੱਥਾ ਟੇਕਣਾ। ਜਦੋਂ ਸਿਜਦਾ ਕਰਨ ਜਾਂਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ, ਉਦੋਂ ਤੂੰ ਸਿੱਖ ਹੈ, ਤੇ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਅੱਗੋਂ ਉੱਠ ਕੇ ਮੱਥਾ ਟੇਕੇ ਕਿਸੇ ਰੁੱਖ ਨੂੰ, ਫਿਰ ਤੂੰ ਸਿੱਖ ਨਹੀਂ ਜੇ ਰਿਹਾ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਖੁਦ ਬਾਣੀ 'ਚ ਕਿਹਾ, ਨਾ ਸਤ ਰੁੱਖੀ ਬਿਰਖੀ ਪੱਥਰ ਆਪ ਤਿਸ਼ਾਵੈ ਦੁੱਖ ਸਹਿ। ਹੇ ਬੰਦੇ, ਨਾ ਸਤ, ਨਾ ਜੀਵਨ ਦਾ ਸੁੱਖ, ਨਾ ਜੀਵਨ ਦਾ ਆਚਰਣ, ਨਾ ਜੀਵਨ ਦਾ ਪਿਆਰ,
ਇਹਨਾਂ ਰੁੱਖਾਂ ਨੂੰ ਪੂਜ ਕੇ ਆ, ਨਾ ਪੱਥਰਾਂ ਨੂੰ ਪੂਜ ਕੇ ਆ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਇੰਦੌਰ ਦੀ ਰੁੱਖ ਪੂਜਾ ਜਿਹੜੀ ਖਤਮ ਕਰਾਈ। ਇੰਦੌਰ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜਾਂਦੇ ਨੇ ਉਜੈਨ ਦੇ ਵਿੱਚ। ਉਜੈਨ ਉਹ ਇਲਾਕਾ ਹੈ ਜਿੱਥੇ ਰਾਜਿਆਂ ਨੇ ਆਪਣਾ ਇੰਨਾ ਰਾਜ ਕੀਤਾ ਸੀ, ਪਰ ਜੋਗੀ ਉਹਨਾਂ ਉੱਤੇ ਪ੍ਰਭਾਵ ਵੱਧ ਪਾ ਗਏ। ਉਜੈਨ ਦੇ ਵਿੱਚ ਇੱਕ ਰਾਜਾ ਰਹਿੰਦਾ ਸੀ ਭਰਥਰੀ, ਪਰ ਉਹ ਜੋਗੀ ਬਣ ਚੁੱਕਾ ਸੀ। ਉਹਦਾ ਭਰਾ ਹੋਇਆ ਵੱਡਾ ਬਿਕਰਮਾਜੀਤ, ਜਿਹਦੇ ਨਾਂ ਤੇ ਇਤਿਹਾਸਕਾਰ ਮੰਨਦੇ ਵੀ ਬਿਕਰਮੀ ਸੰਮਤ ਵੀ ਚੱਲਦਾ ਪਿਆ। ਬਿਕਰਮਾਜੀਤ ਰਾਜਾ ਹੋਇਆ, ਭਰਥਰੀ ਦਾ ਵੱਡਾ ਭਰਾ ਸੀ, ਹੈ ਤੇ ਦੋਨੋਂ ਹੀ ਰਾਜੇ ਸੀ, ਪਰ ਜੋਗੀਆਂ ਨੇ ਇਹੋ ਜਿਹਾ ਪ੍ਰਭਾਵ ਪਾਇਆ, ਜਿਹੜਾ ਰਾਜਾ ਭਰਥਰੀ ਸੀ ਉਹ ਜੋਗੀ ਬਣ ਗਿਆ। ਤੇ ਇਕੱਲਾ ਜੋਗੀ ਨਹੀਂ ਬਣਿਆ, ਜੋਗੀਆਂ ਵਾਲੇ ਕੰਮ ਵੀ ਕਰਨ ਲੱਗ ਪਿਆ। ਹੁਣ ਜੋਗੀਆਂ ਵਾਲੇ ਕੰਮ ਸੀ, ਜੋਗੀਆਂ ਦੇ ਦੋ ਚੀਜ਼ਾਂ ਅਹਿਮ ਸੀ। ਉਹ ਅਸਲ ਵਿੱਚ ਹੁੰਦਾ ਇਹ ਸੀ ਕਿ ਆਪਣੇ ਕਰਨਾ ਨਸ਼ੇ ਦਾ ਸੇਵਨ ਸੀ, ਪਰ ਵਰਤਿਆ ਧਰਮ ਨੂੰ ਜਾਂਦਾ। ਜੋਗੀ ਨੇ ਕਿਹਾ ਜੇ ਸੁਰਤ ਜੋੜਨੀ ਰੱਬ ਨਾਲ, ਦੋ ਚੀਜ਼ਾਂ ਦਾ ਸੇਵਨ ਕਰਨਾ ਜ਼ਰੂਰੀ ਹੈ, ਦੋ ਚੀਜ਼ਾਂ, ਬਾਕੀ ਹੋਰ ਕਰ ਲੈ ਵੱਧ ਤੇਰੀ ਮਰਜ਼ੀ ਹੈ। ਪਹਿਲਾ ਸੀ ਭੰਗ ਪੀਣਾ, ਦੂਸਰਾ ਸੀ ਸ਼ਰਾਬ ਪੀਣਾ, ਤੀਸਰਾ ਚਿਲਮਾ ਕੋਈ ਪੀ ਲਵੇ ਤੇ ਉਹਦੀ ਮਰਜ਼ੀ। ਮੈਂ ਬੇਨਤੀ ਕਰਾਂ, ਨਸ਼ਾ ਸਰੀਰ ਨੂੰ ਲਾਉਣਾ ਸੀ, ਪਰ ਵਰਤਿਆ ਨਾਮ ਧਰਮ ਦਾ ਜਾਂਦਾ। ਅੱਜ ਵੀ ਐਸੇ ਕਈ ਥਾਂ ਬਣੇ ਨੇ, ਕਈ ਐਸੇ ਨੇ, ਮਜੀਠੇ ਲਾਗੇ ਪਿੰਡ ਭੋਮਾ ਵਡਾਲਾ ਪੈਂਦਾ ਹੈ, ਉੱਥੇ ਲਾਗੇ ਬਾਬੇ ਰੋਡੇ ਦੀ ਸਮਾਧ ਬਣੀ, ਉੱਥੇ ਚੜ੍ਹਦੀ ਸ਼ਰਾਬ ਹੈ। ਕੰਮ ਹੀ ਹੋਏ ਲੋਕਾਂ ਨੂੰ ਹੈ, ਲੋਕ ਧਰਮ ਦਾ ਨਾਮ ਲੈਂਦੇ ਨੇ, ਸਿਵ ਨਸ਼ੇ ਦਾ ਕਰਦੇ ਨੇ। ਉਹਦਾ ਕਹਿੰਦੇ ਸ਼ਰਾਬ ਨਸ਼ਾ ਬੜਾ ਪੰਜਾਬ ਦੇ ਵਿੱਚ, ਤੇ ਧਰਮ ਦੇ ਨਾਂ ਤੇ ਨਸ਼ਾ ਵੰਡਿਆ ਜਾ ਰਿਹਾ। ਕਈ ਐਸੇ ਮੰਦਰ ਵੀ ਨੇ ਤੇ ਕਈ ਐਸੇ ਧਰਮ ਸਥਾਨ ਵੀ ਨੇ। ਖੈਰ ਜ਼ਿਕਰ ਕਰਾਂ, ਗੁਰੂ ਨਾਨਕ ਪਾਤਸ਼ਾਹ ਉੱਥੇ ਪਹੁੰਚਦੇ ਨੇ, ਰਾਜੇ ਭਰਥਰੀ ਨੂੰ ਮਿਲਦੇ, ਜਿਹੜਾ ਭੰਗ ਜਿਹੇ ਨਸ਼ੇ ਵਿੱਚ ਚੂਰ ਹੋਇਆ ਸੀ, ਭੰਗ ਵੀ ਪੀਂਦਾ ਸੀ ਤੇ ਸ਼ਰਾਬ ਵੀ ਪੀਂਦਾ ਸੀ। ਗੁਰੂ ਨਾਨਕ ਪਾਤਸ਼ਾਹ ਨੂੰ ਪਤਾ ਕੀ ਗੱਲ ਕਹਿੰਦੇ, ਕਹਿੰਦੇ ਭੰਗ ਪੀਣੀ ਨਾ ਭੰਗ, ਤੇ ਮੈਂ ਤੈਨੂੰ ਮਨ੍ਹਾ ਨਹੀਂ ਕਰਦਾ, ਪਰ ਭੰਗ ਹੋਵੇ ਕਿਹੜੀ, ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ, ਮੈਂ ਦੀਵਾਨਾ ਪਿਆ ਅਤੀਤ, ਕਰ 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 ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਬਾਬਾ ਕਹਿੰਦਾ ਭੰਗ ਬਣਾਉਣੀ ਐ ਕਰ, ਭਉ ਤੇਰਾ ਭਾਂਗ, ਪਰਮਾਤਮਾ ਤੇਰਾ ਪਿਆਰ ਮੇਰੀ ਭੰਗ ਹੋਵੇ, ਆ ਭੰਗ ਬਣਾ, ਭਉ ਤੇਰਾ ਪਿਆਰ। ਇੱਕ ਹੁੰਦਾ ਭਉ, ਇੱਕ ਹੁੰਦਾ ਭਾਉ, ਭਾਉ ਹੁੰਦਾ ਪਿਆਰ ਤੇ ਭਉ ਹੁੰਦਾ ਨਿਰਮਲ, ਭਉ ਨਿਰਮਲ ਡਰ, ਸੋਹਣਾ ਪਿਆਰ ਵਾਲਾ ਡਰ। ਬਾਬਾ ਕਹਿੰਦਾ ਭੰਗ ਬਣਾਉਣੀ ਆ ਬਣਾ, ਭਉ ਤੇਰਾ ਭਾਂਗ। ਅੱਜ ਹਰ ਵੇਖੋ, ਤੁਸੀਂ ਵੇਖ ਲਓ, ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਹੀ ਕਈਆਂ ਨੇ ਭੰਗ ਜੋੜ ਛੱਡੀ ਹੋਈ ਹੈ। ਤੇ ਇੰਨਾ ਅੱਜ ਵਰਗ ਜਿਸ ਜਿਹੜੀ ਕੌਮ ਕਦੇ ਭੰਗ ਦੇ ਲਾਗੋਂ ਗੁਜ਼ਰਦੀ ਵੀ ਨਹੀਂ ਸੀ ਹੁੰਦੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਘੋੜਾ ਵੀ ਕਦੇ ਤੰਬਾਕੂ ਵਰਗੇ ਨਸ਼ਿਆਂ ਚੋਂ ਲਾਗੋ ਲੰਘਿਆ ਨਹੀਂ ਸੀ, ਤੇ ਸਿੱਖਾਂ ਨੇ ਜੋੜ ਹੀ ਭੰਗ ਦਿੱਤੀ। ਕਈਆਂ ਨੇ ਚਲਾ ਕੇ, ਇਤਿਹਾਸਕਾਰਾਂ ਨੇ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਭੰਗ ਤੇ ਫੀਮ ਦਾ ਸੇਵਨ ਕਰਦੇ ਸੀ। ਤੁਸੀਂ ਇਤਿਹਾਸ ਪੜ੍ਹੋ ਕਦੇ ਸੂਰਜ ਪ੍ਰਕਾਸ਼ ਦਾ,
ਕਹਿਣ ਨੂੰ ਜੀ ਵੀ ਨਹੀਂ ਕਰਦਾ ਕਈ ਵਾਰੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪੁਸਤ ਵੀ ਖਵਾਉਂਦਾ ਰਿਹਾ ਤੇ ਭੰਗ ਵੀ ਪਿਆਉਂਦਾ ਰਿਹਾ। ਕਿਉਂਕਿ ਹੁਣ ਬਹੁਤਾ ਸੂਰਜ ਪ੍ਰਕਾਸ਼ ਦੀ ਕਥਾ ਲੋਕ ਹਰ ਗੁਰਦੁਆਰੇ ਵਿੱਚ ਹੋਈ ਹੈ ਤੇ ਹਰ ਇੱਕ ਵਰਗ ਨੇ ਸੁਣੀ, ਜਿਹਨੇ ਸੁਣਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਭੰਗ ਪੀਂਦੇ ਸੀ, ਹੁਣ ਉਹ ਵੀ ਪੀਣ ਲੱਗ ਪਏ ਵੇ ਸੁਣ ਕੇ। ਹੁਣ ਇਹ ਚੀਜ਼ਾਂ ਜਿਹੜੀਆਂ ਸੀ ਨਾ ਗੁਰਮਤ ਤੋਂ ਬਿਲਕੁਲ ਉਲਟ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਜੋੜ ਦਿੱਤਾ ਗਿਆ, ਫਿਰ ਹੌਲੀ ਹੌਲੀ ਇਹ ਨਿਹੰਗ ਸਿੰਘਾਂ ਵਿੱਚ ਇੰਨੀ ਪ੍ਰਚਲਿਤ ਹੋ ਗਈ। ਅੱਜ ਹਰ ਨਿਹੰਗ ਸਿੰਘ ਕਹਿੰਦਾ ਜਿੰਨਾ ਚਿਰ ਮੈਂ ਭੰਗ ਨਾ ਪੀਵਾਂ ਮੈਨੂੰ ਸੁਰਤੀ ਨਹੀਂ ਆਉਂਦੀ। ਹੌਲੀ ਹੌਲੀ ਚੀਜ਼ ਇਹ ਸਾਡੀ ਕੌਮੀਅਤ ਨੂੰ ਡੈਡ ਕਰ ਰਹੀ ਹੈ। ਬਾਬੇ ਨੇ ਭੰਗ ਬਣਾਈ ਸੀ, ਕਿਹੜੀ ਅੱਸੀ ਸੀ ਉਹ ਨਹੀਂ ਪੀਤੀ ਹੈਗੀ, ਉਹ ਨਹੀਂ ਵਰਤੀ ਹੈਗੀ, ਭਉ ਤੇਰਾ ਭੰਗ ਕਿਹਾ ਸੀ ਬਾਬੇ। ਇੱਕ ਬਾਣੀ 'ਚ ਫੈਸਲਾ ਆਉਂਦਾ ਹੈ, ਭਾਂਗ ਮਛਲੀ ਸੁਰਾ ਪਾਣ ਜੋ ਜੋ ਪ੍ਰਾਣੀ ਖਾਏ, ਤੀਰਥ ਬਰਤ ਨੇਮ ਕੀ ਹੈ ਸਭੇ ਰਸਾਤ ਲਜਾਏ। ਬਾਬਾ ਕਹਿੰਦਾ ਭੰਗ ਪੀਣਾ ਕੋਈ ਧਰਮ ਥੋੜਾ ਹੈ, ਇਹ ਧਰਮ ਦਾ ਤੇ ਪਖੰਡ ਹੈ। ਹੁਣ ਇੱਥੇ ਕਿ ਭਰਥਰੀ ਵੀ ਭੰਗ ਪੀਂਦਾ ਸੀ, ਬਾਬੇ ਨੇ ਇਹਨੂੰ ਮਨਾ ਕਰ ਦਿੱਤਾ। ਸ਼ਰਾਬ ਵੀ ਪੀਂਦਾ ਸੀ, ਇਹ ਵੀ ਮਨਾ ਕੀਤਾ। ਬਾਬੇ ਨੇ ਕਿਹਾ ਸ਼ਰਾਬ ਪੀਣੀ ਪਤਾ ਕਿਹੜੀ ਪੀ, ਗੁੜ ਕਰ ਗਿਆਨ ਧਿਆਨ ਕਰਤਾ ਵੈ। ਕਿਉਂਕਿ ਉਹਨੇ ਹੁਣ ਸ਼ਰਾਬ ਬਣਾਉਣ ਵਾਸਤੇ ਗੁੜ ਦਾ, ਪਹੂਏ ਦਾ, ਪਹੂਏ ਦੇ ਫੁੱਲਾਂ ਦੀ ਵਰਤੋਂ ਸਭ ਕਰਦੇ ਸੀ। ਬਾਬਾ ਕਹਿੰਦਾ ਆਹ ਚੀਜ਼ ਬਣਾ ਕੇ ਸ਼ਰਾਬ ਬਣਾ, ਫਿਰ ਤੂੰ ਪੀਵੀਂ। ਗੁੜ ਕਰ ਗਿਆਨ, ਗਿਆਨ ਨੂੰ ਗੁੜ ਬਣਾ, ਗੁੜ ਕਰ ਗਿਆਨ ਧਿਆਨ ਕਰ ਧਾਵੈ। ਧਾਵੈ ਦਾ ਪਹੂਏ ਦੇ ਫੁੱਲ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰਨੀ ਕਸ ਪਾਈਏ ਭਾਠੀ ਭਵਨ ਪ੍ਰੇਮ ਕਾ ਪੂਚਾ, ਇਹ ਤਰਸ ਅਮਿਓ ਚੁਆਈਏ। ਬਾਬਾ ਮਨ ਮਤਵਾਰੋ ਰਾਮ ਰਸ ਪੀਵੈ, ਅਹਿਣਸ ਬਣੀ ਸਹਿਜ ਰੰਗ ਰਚ ਰਹਿਆ, ਅਹਿਣਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਇਆ, ਪੂਰਾ ਸਾਜ ਪਿਆਲਾ ਤਿਸੇ ਪਿਆਏ, ਜਾ ਕੋ ਨਦਰ ਕਰੇ ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਬਦ ਸ਼ੂਸ਼ੇ ਭਾਉ ਤਰੇ। ਅਖੀਰ ਤੇ ਬਚਨ ਕੀਤਾ ਸੀ ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰ, ਆ ਜੀਵਨ ਚ ਅੰਮ੍ਰਿਤ ਧਾਰਨ ਕਰ ਬਾਬਾ ਕਹਿੰਦਾ ਸੀ। ਆ ਸ਼ਰਾਬ ਪੀ ਜਿਹੜੀ ਪੀਣ ਯੋਗ ਹੈ, ਅੱਜ ਕਿਤੇ ਇਸ ਸ਼ਬਦ ਦਾ ਕੀਰਤਨ ਹੁੰਦਾ ਹੋਵੇ ਨਾ ਤੇ ਸ਼ਰਾਬੀ ਵੀ ਸੁਣ ਰਿਹਾ ਅੱਖਾਂ ਮੀਟ ਕੇ, ਪਰ ਜੇ ਕਿਤੇ ਅੱਖਾਂ ਖੋਲ ਕੇ ਉਹਦੇ ਅਰਥ ਸਮਝ ਲੈਣਾ ਮਾੜੇ ਜੀ ਵੀ ਬਾਬਾ ਕੀ ਕਿਹਾ, ਸ਼ਰਾਬ ਪੀਣ ਤੋਂ ਮਨਾ ਉੱਠ ਕੇ ਬਾਹਰ ਚਲ ਜੂਗਾ, ਉਦਾਂ ਉਹਦੀ ਟਿਊਨ ਉਹਦਾ ਜਿਹੜਾ ਰਾਗ ਹੈ ਉਹ ਸੁਣੇਗਾ ਤੇ ਬੜਾ ਆਨੰਦ ਵੀ ਆਵੇਗਾ ਵੀ ਬੜੇ ਸੋਹਣੀ ਟਿਊਨ 'ਚ ਪੜਿਆ ਸ਼ਬਦ ਜਾ ਰਿਹਾ, ਪਰ ਜਦੋਂ ਉਹਦੇ ਅਰਥ ਸਮਝ ਉੱਠ ਕੇ ਬਾਹਰ ਚਲਾ ਜਾਊਗਾ ਵੀ ਨਹੀਂ ਇਹ ਸਾਡੀ ਗੱਲ ਵਸੋਂ ਬਾਹਰ ਆ। ਬਾਬਾ ਉਸ ਭਰਥਰੀ ਨੂੰ ਸਮਝਾਉਂਦਾ ਹੈ, ਪਰ ਯਾਦ ਰੱਖਣੇ ਭਰਥਰੀ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਮੰਨ ਲੈਂਦਾ। ਉਜੈਨ ਦੇ ਵਿੱਚ ਇੱਕ ਭਰਥਰੀ ਜਿਹੜਾ ਜੋਗੀਆਂ ਦੇ ਪ੍ਰਭਾਵ ਹੇਠਾਂ ਆ ਕੇ ਜੋਗੀ ਬਣ ਕੇ ਭੰਗ ਵੀ ਸੇਵ ਪੀਂਦਾ ਸੀ, ਸ਼ਰਾਬ ਵੀ ਪੀਂਦਾ ਸੀ, ਬਾਬੇ ਨੇ ਹਟਾ ਦਿੱਤਾ ਵੀ ਹੁਣ ਉਹੀਓ ਬੰਦਾ ਰਾਜ ਵੀ ਕਰਨ ਲੱਗ ਪਿਆ ਸੋਹਣੇ ਢੰਗ ਨਾਲ, ਸ਼ਰਾਬ ਵਰਗੇ ਨਸ਼ਿਆਂ ਤੋਂ ਦੂਰ ਹੋ ਗਿਆ। ਜਿਹੜਾ ਰਾਜਾ ਖੁਦ ਆਪ ਨਸ਼ੇ ਦੇ ਸੇਵਨ ਤੋਂ ਦੂਰ ਹੋਵੇਗਾ ਨਾ ਉਹ ਆਪਣੀ ਪ੍ਰਜਾ ਨੂੰ ਨਸ਼ੇ ਤੋਂ ਬਚਾ ਸਕਦਾ, ਜਿਹੜਾ ਖੁਦ ਨਸ਼ੇ 'ਚ ਫਸਿਆ ਹੈ ਨਾ ਉਹ ਕਿਸੇ ਨੂੰ ਕੀ ਬਚਾ ਲਏਗਾ ਭਲਾ। ਸਾਡੀ ਕੌਮ ਵਿੱਚ ਅੱਜ ਵੀ ਅੱਜ ਦੇ ਦੌਰ ਵਿੱਚ ਵੀ ਐਸੇ ਰਾਜੇ ਨੇ ਤੇ ਰਾਜੇ ਹੈਗੇ ਸੀ ਮੌਜੂਦ ਨੇ ਅਜੇ ਵੀ ਖੁਦ ਨਸ਼ਿਆਂ ਦੇ ਸੇਵਨ 'ਚ ਲੱਗੇ ਨੇ ਤੇ ਨੌਜਵਾਨਾਂ ਨੂੰ ਕਿਵੇਂ ਪ੍ਰੇਰ ਲੈਣਗੇ ਭਲਾ ਉਹ ਕਿ ਤੁਸੀਂ ਨਾ ਪੀਓ। ਹਾਂ ਪਬਲਿਕ ਸਾਹਮਣੇ ਮੀਡੀਆ ਸਾਹਮਣੇ ਭਾਵੇਂ 100 ਬਿਆਨ ਦੇਈ ਜਾਣ ਨਸ਼ੇ ਨੂੰ ਫੜਨ ਵਾਸਤੇ ਤਾਂ ਅਸੀਂ ਆਹ ਫਲਾਣੀ ਮੀਟਿੰਗ ਸੱਦ ਲਈ ਹੈ, ਫਲਾਣੀ ਇੱਕ ਯੂਨਿਟ ਤਿਆਰ ਕਰਤੀ ਹੈ, ਪਰ ਇਹ ਸਭ ਉਹਨਾਂ ਦੇ ਵਿਖਾਵੇ ਨੇ। ਜੇ ਹੁੰਦਾ ਹੋਵੇ ਨਾ ਸੱਚ ਕਰਕੇ ਗੁਰੂ ਨਾਨਕ ਪਾਤਸ਼ਾਹ ਵੱਡੇ ਵੱਡੇ ਫੰਨੇ ਖਾਹਾਂ ਦੇ ਨਸ਼ੇ ਦੂਰ ਕਰਾ ਗਏ ਸੀ,
ਜੇ ਚਾਹਵੇ ਤੇ ਇਹ ਲੋਕ ਗੁਰੂ ਨਾਨਕ ਸਾਹਿਬ ਦੇ ਰਾਹ ਤੇ ਚੱਲ ਕੇ ਕੁਝ ਦਿਨਾਂ ਚ ਇਹ ਰਸਤੇ ਬੰਦ ਹੋ ਸਕਦੇ ਨੇ, ਪਰ ਚੱਲਣਾ ਨਹੀਂ ਚਾਹੁੰਦੇ ਗੁਰੂ ਨਾਨਕ ਸਾਹਿਬ ਦੇ ਰਾਹ ਤੇ। ਇਸ ਕਰਕੇ ਉਜੈਨ ਦਾ ਇਲਾਕਾ ਜਿਹੜਾ ਨਸ਼ੇ ਦਾ ਕੇਂਦਰ ਬਣ ਚੁੱਕਾ ਸੀ, ਗੁਰੂ ਨਾਨਕ ਪਾਤਸ਼ਾਹ ਨੇ ਰੱਬ ਦੀ ਯਾਦ ਦਾ ਕੇਂਦਰ ਬਣਾ ਦਿੱਤਾ। ਉਹ ਉਜੈਨ ਉੱਥੋਂ ਦੇ ਲੋਕ ਜਿਹੜੇ ਜੋਗੀਆਂ ਦੇ ਪ੍ਰਭਾਵ ਹੇਠਾਂ ਭੰਗ ਤੇ ਸ਼ਰਾਬ ਦਾ ਸੇਵਨ ਕਰ ਰਹੇ ਸੀ, ਹੌਲੀ ਹੌਲੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਰਸ ਜੀਵਨ ਚ ਵਸਾਉਣ ਲੱਗ ਪਏ। ਇਹੀ ਉਜੈਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖੀ ਦਾ ਕੇਂਦਰ ਬਣਾ ਕੇ ਰੱਖ ਦਿੱਤਾ। ਇਹ ਉਜੈਨ ਦਾ ਇਤਿਹਾਸ, ਇਸ ਤੋਂ ਅੱਗੇ ਮਥੁਰਾ ਦਾ, ਦਿੱਲੀ ਦਾ ਹੈ, ਉਹ ਆਪਾਂ ਕੱਲ੍ਹ ਦੇ ਦੀਵਾਨ ਅੰਦਰ ਵਿਚਾਰਾਂਗੇ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।